ਲੇ ਤੇਰੇ ਕਰਕੇ ਸਾਰਾ ਘਰ ਖਰਾਬ ਹੋਇਆ ਪਿਆ ਤੁਸੀਂ ਆਪਣੇ ਬੱਚਿਆਂ ਬਾਰੇ ਵੀ ਨਹੀਂ ਸੋਚਦੇ ਤੂੰ ਨਸ਼ੇ ਕਰਕੇ ਆ ਜੰਨਾ ਆ ਬੋਤਲ ਸਾਮਣੇ ਰੱਖੋ ਜਰੂਰ ਉਹਨੇ ਪੀਣੀ ਹੈ ਪਰ ਉਹਨੇ ਹੇਟ ਵੀ ਕਰਨਾ ਤੇ ਜਦੋਂ ਪੀਦੇ ਉਹਨੇ ਪੁੱਛਣਾ ਆ ਕਾ ਤੂੰ ਕਰ ਲਿਆ ਹਮ ਮੈਂ ਦੁਆਰਾ ਕਰ ਲਿਆ ਕਾ ਤੂੰ ਪਤਾ ਨਹੀਂ ਤੇਰੇ ਪਿਓ ਨੇ ਜੋ ਕੁਝ ਬਣਾਇਆ ਸੀ ਤੂੰ ਤਾਂ ਸਾਰਾ ਇੱਕੂ ਖਾਤੇ ਪਾਤਾ ਕੋਈ ਨਹੀਂ ਟੈਨਸ਼ਨ ਹਸਬੰਡ ਨੂੰ ਦੇ ਸਕਦਾ ਜਿੰਨਾ ਵਾਈਫ ਦੇ ਸਕਦੀ ਹੈ ਤੇ ਕੋਈ ਨਹੀਂ ਸਹਾਰਾ ਦੇ ਸਕਦਾ ਹਸਬੰਡ ਨੂੰ ਜਿੰਨਾ ਉਹ ਵਾਫ ਤੇ ਸਕਦੀ ਹੈ ਇਹੇ ਨਹੀਂ ਖਿਆਲ ਆਉਂਦਾ ਕਿ ਘਰ ਕਿਵੇਂ ਚਲਾਉਣਾ ਆ ਵੋਟੀ ਤੇਰੀ ਕੱਲੀ ਬੈਠੀ ਰਹਿੰਦੀ ਐ ਫਿਰ ਜਦੋਂ ਆਦਮੀ ਨੂੰ ਕ੍ਰੇਵਿੰਗ ਹੁੰਦੀ ਐ ਜੇ ਫੈਮਲੀ ਨੂੰ ਕੁਝ ਪਤਾ ਨਹੀਂ ਨਸ਼ਾ ਸ਼ਰਾਬ ਉਹਨਾਂ ਨੂੰ ਉਹਨਾਂ ਨੇ ਕੀ ਕਹਿਣਾ ਜੇ ਉਹ ਕਹਿੰਦਾ ਮੇਰਾ ਪੱਲ ਉੱਟਦਾ ਮੈਂ ਨਸ਼ਾ ਕਰਨਾ ਉਹਨਾਂ ਨੇ ਝਿੜਕਣਾ ਹਾਂ ਹਾਂ ਹੈਨਾ ਤੇ ਉਹਦੇ ਨਾਲ ਉਹਦੀ ਟੈਨਸ਼ਨ ਵਧੂਗੀ ਹਾਂ ਤੇ ਉਹਦੇ ਕ੍ਰੇਵਿੰਗ ਵਰਸ ਹੋਣਗੇ ਤੇ ਉਹਨੇ ਪੀਣੀ ਐ पर जे फैमिली ਉਸ ਮੌਕੇ ਤੇ ਕਹਿੰਦੇ ਅਸੀਂ ਨਾਲ ਆਂ ਤੇਰੇ ਉਹ ਬੰਦਾ ਫਿਰ ਸੋਚੂਗਾ ਹਾਂ ਇਹ ਸੇਫ ਹੈ ਇਹਨਾਂ ਨੇ ਹੁਣ ਛਿੜਕਣਾ ਨਹੀਂ ਮੰਨੂ ਸਭ ਤੋਂ ਵੱਡੀ ਪ੍ਰਾਪ ਮੈਂ ਕੀ ਉਹਨਾਂ ਨੂੰ ਪਿਆਰ ਦਾ ਘਾਟ ਮਹਿਸੂਸ ਹੁੰਦਾ ਫਿਰ ਇਹ ਜੀਆਂ ਗੱਲਾਂ ਕੀ ਅੱਜ ਫੇਰ ਨਸ਼ੇ ਕਰ ਲਏ ਅੱਜ ਫੇਰ ਸ਼ਰਾਬ ਨਾਲ ੁੱਤ ਹੋ ਕੇ ਆ ਗਿਆ ਤੈਨੂੰ ਮੈਂ ਕਸਮ ਦਿੱਤੀ ਸੀ ਕਿ ਤੂੰ ਕਸਮ ਤੋੜਦੀ ਹੈ ਸੋ ਫੈਮਲੀਆਂਜ਼ ਨੂ ਬਾਉਂਡਰੀਜ਼ ਬਨੋਣੀਆਂ ਪੈਂਦੀਆਂ ਤੂੰ ਇੱਥੇ ਨਸ਼ਾ ਨਹੀਂ ਲਿਆ ਸਕਦਾ ਜੇ ਕਰਨੇ ਬਾਰ ਕਰ ਇੱਥੇ ਸਾਡੇ ਘਰ ਹੈ ਬੱਚੇ ਹੈਗੇ ਹੈ ਤੇ ਜੇ ਤੂੰ ਕਰੂਗਾ ਮੈਂ ਇਹ ਐਕਸ਼ਨ ਲਵਾਂਗੀ ਮੈਂ ਪੁਲਿਸ ਨੂੰ ਕਾਲ ਕਰੂੰਗਾ ਮੈਂ ਕਰਨਾ ਜ਼ਰੂਰ ਉਹ ਹੁੰਦਾ ਜਦੋਂ ਫੈਮਲੀ ਪੁਲਿਸ ਨੂੰ ਨਹੀਂ ਕਾਲ ਕਰਨਾ ਚੋਂਦੀ ਬੰਦਾ ਕੁੱਟਦਾ ਵਾਈਫਾਰ ਦੀ ਹੈ ਵਾਈਫ ਘਾਤੋ ਨਿਕਾਲ ਕਰਦੀ ਉਹਦੇ ਮਨ ਵਿੱਚ ਇਹ ਗੱਲ ਹੁੰਦੀ ਹੈ ਲੋਕੀ ਕੀ ਕਹਿਣਗੇ ਜੇ ਫੈਮਲੀ ਸਾਥ ਦੇਵੇ ਮੇਰਾ ਐਕਸਪੀਰੀਅੰਸ ਕਲੀਨਿਕਲੀ ਇਹ 80% ਛੇਤੀ ਠੀਕ ਹੋ ਜਾਂਦਾ ਤੇ 80% ਜਿਆਦਾ ਸਹੀ ਵੀ ਹੋ ਜਾਂਦਾ ਵਾਓ ਪ੍ਰੋਗਰਾਮ ਰੋਸ਼ਨੀ ਦੇ ਵਿੱਚ ਸੀ ਬਹੁਤ ਇੱਕ अहम ਵਿਸ਼ੇ ਤੇ ਗੱਲਬਾਤ ਕਰਨੀ ਹੈ ਤੇ ਬੰਤੀ ਰਹੇਗੀ ਖਾਸ ਤੌਰ ਤੇ ਆਪਣੇ ਲਿਸਨਰਸ ਨੂੰ ਕਿ ਇਹ ਸੰਵੇਦਨਸ਼ੀਲ ਹੈ ਇਹਨੂੰ ਸਮਝਣ ਵਾਸਤੇ ਸਾਨੂੰ ਆਪਣਾ ਦਿਲ ਵੱਡਾ ਕਰਨਾ ਪਾਏਗਾ ਕਿਉਂਕਿ ਲੋਕ ਜਿਹੜੇ ਜੂਝ ਰਹੇ ਹੁੰਦੇ ਨੇ ਨਸ਼ਿਆਂ ਦੀਆਂ ਸਮੱਸਿਆਵਾਂ ਦੇ ਹੇਠ ਚੱਲ ਰਹੇ ਹੁੰਦੇ ਨੇ ਉਹਨਾਂ ਨੂੰ ਬਹੁਤ ਸਾਰੀ ਸਪੋਰਟ ਦੀ ਬਹੁਤ ਸਾਰੇ ਸਹਿਯੋਗ ਦੀ ਲੋੜ ਹੁੰਦੀ ਹੈ ਅਸੀਂ ਇੱਕਦਮ ਹੀ ਇਸ ਗੱਲ ਬਾਰੇ ਸੁਣ ਕੇ ਆਪਣਾ ਪੱਲਾ ਇਦਾਂ ਝਾੜ ਲੈਨੇ ਆ ਕਿ ਇਹ ਨਸ਼ੇ ਕਰਨੇ ਕਿਉਂ ਲੱਗਦੇ ਆ ਇਹ ਗਲਤ ਕੰਮ ਕੀਤੇ ਹੀ ਕਿਉਂ ਇਹਨਾਂ ਨੇ ਹੁਣ ਜਦੋਂ ਨਿਕਲਿਆ ਨਹੀਂ ਜਾਂਦਾ ਹੁਣ ਜਦੋਂ ਇਹ ਆਦੀ ਹੋ ਗਏ ਆ ਤਾਂ ਇਹਨਾਂ ਦੀ ਸਮੱਸਿਆ ਐ ਇਹ ਸਾਡੀ ਪ੍ਰੋਬਲਮ ਨਹੀਂ ਐ ਤੇ ਇਹ ਗੱਲ ਜਿਹੜੀ ਐ ਉਹ ਵਿਅਕਤੀ ਜਿਹੜੇ ਐਡਿਕਟ ਨੇ ਇਹ ਜਾਂ ਕਿਸੇ ਵੀ ਤਰ੍ਹਾਂ ਦੇ ਡਰੱਗਸ ਉਹ ਹੋ ਕਰਦੇ ਨੇ ਚਾਹੇ ਅਲਕੋਹਲ ਹੋਵੇ ਚਾਹੇ ਅਸੀਂ ਓਪੀਓਇਡ ਕਹ ਦਈਏ ਚਾਹੇ ਸਿਕਨਬਸ ਕਹ ਦਈਏ ਕਿਉਂਕਿ ਉਹ ਬਹੁਤ ਜ਼ਿਆਦਾ ਇਸਤੇਮਾਲ ਕਰਨ ਲੱਗ ਗਏ ਔਰ ਉਹਦੇ ਕਰਕੇ ਇਹ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਦਖਲਅੰਦਾਜ਼ੀ ਨਾ ਨਸ਼ਿਆਂ ਦੀ ਹੋ ਗਈ ਕਿ ਸਾਡੇ ਰਿਸ਼ਤੇ ਸਾਡੇ ਕੰਮਕਾਰ ਸਾਡੀ ਸਮਾਜਿਕ ਜ਼ਿੰਦਗੀ ਸਾਡਾ ਮਿਲਣਾ ਵਰਤਣਾ ਕਿਸੇ ਨਾਲ ਬਹਿ ਕੇ ਗੱਲਬਾਤ ਕਰਨਾ ਕਮਾਉਣਾ ਸਾਰਾ ਕੁਝ ਹੀ ਤੈਸਨੈਸ ਹੋ ਜਾਂਦਾ ਹੈ ਤੇ ਫੇਰ ਅਸੀਂ ਇਹ ਸੋਚਦੇ ਹਾਂ ਕਿ ਇਹ ਵਿਅਕਤੀ ਦਾ ਹੁਣ ਕੁਝ ਨਹੀਂ ਹੋ ਸਕਦਾ। ਇਹਨੂੰ ਹੁਣ ਇਹਦੇ ਹਾਲ ਤੇ ਹੀ ਛੱਡ ਦਿਓ। ਇਹਦਾ ਹੁਣ ਰੱਬ ਹੀ ਰੱਖਾ। ਇਹਦੇ ਵਰਗੇ ਲੋਕ ਹੋਮਲੈਸ ਹੁੰਦੇ ਐ। ਇਹਦੇ ਵਰਗੇ ਲੋਕ ਚੋਰੀਆਂ ਕਰਦੇ ਐ। ਹੁਣ ਤੁਸੀਂ ਇਹ ਦੇਖੋ ਕਿ ਜੇ ਅਸੀਂ ਇੰਨਾ ਕੁ ਜ਼ਿਆਦਾ ਇਹਦੇ ਬਾਰੇ ਪਹਿਲਾਂ ਹੀ opinion ਬਣਾ ਲਿਆ ਤੇ ਜਿਹੜੀ ਵਿਅਕਤੀ ਨੇ ਚਾਇਆ ਹੈ ਕਿ ਉਹ ਠੀਕ ਹੋਣਾ ਚਾਹੁੰਦੇ ਐ। ਜਿਹੜੀ ਵਿਅਕਤੀ ਵਾਸਤੇ ਤੁਸੀਂ ਚਾਹੁੰਦੇ ਹੋ ਕਿ ਉਹ ਠੀਕ ਹੋ ਜਾਣ। ਇਦਾਂ ਉਹਦੇ ਨਾਲ ਨਾ ਹੋਵੇ। ਤਾਂ ਫਿਰ ਰਿਕਵਰੀ ਦੀ ਰਾਹ ਤੇ ਲੈ ਕੇ ਜਾਣ ਵਾਸਤੇ ਤੁਹਾਨੂੰ ਨਾਲ ਤੁਰਨਾ ਪਏਗਾ ਉਹ ਕੱਲਾ ਨਹੀਂ ਜਾ ਪਾਏਗਾ ਉਹਨੂੰ ਸ਼ਾਇਦ ਸ਼ਰਮ ਆਊਗੀ ਕਿਸੇ ਕੋਲ ਜਾਣ ਨੂੰ ਪੁੱਛਣ ਨੂੰ ਕਿ ਮੈਨੂੰ ਹੈਲਪ ਚਾਹੀਦੀ ਹੈ ਅੱਜ ਦੇ ਪ੍ਰੋਗਰਾਮ ਰੋਸ਼ਨੀ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਕਿ ਰੋਲ ਆਫ ਅ ਫੈਮਿਲੀ ਐਂਡ ਫਰੈਂਡਸ ਇਨ ਐਡਿਕਸ਼ਨ ਰਿਕਵਰੀ ਜਦੋਂ ਨਸ਼ੇ ਦੇ ਆਦੀ ਹੋ ਗਏ ਪਰ ਨਸ਼ਿਆਂ ਤੋਂ ਛੁਟਕਾਰਾ ਚਾਹੁੰਦੇ ਆ ਤਾਂ ਉਹਦੇ ਵਿੱਚ ਠੀਕ ਹੋਣ ਲਈ ਆਪਣੇ ਆਪ ਦੀ ਮੁਰੰਮਤ ਕਰਾਉਣ ਲਈ ਸਿਹਤ ਆਭਿ ਵਾਸਤੇ ਉਹਦੇ ਚ ਪਰਿਵਾਰ ਦਾ ਤੇ ਦੋਸਤਾਂ ਮਿੱਤਰਾਂ ਸਹੇਲੀਆਂ ਦਾ ਕੀ ਸਹਿਯੋਗ ਹੈ ਇਹਦੇ ਬਾਰੇ ਗੱਲਬਾਤ ਕਰਨ ਲਈ ਸਾਡਾ ਅੱਜ ਡਾਕਟਰ ਹਰਬੀਰ ਗਿੱਲ ਸ਼ਾਮਲ ਹੋ ਰਹੇ ਨੇ ਜਿਹੜੀ ਕਿ ਪ੍ਰੈਜ਼ੀਡੈਂਟ ਨੇ ਨਾਮ ਕlinic ਦੇ ਇਹ ਨਾਰਥ-ਈਸਟ ਐਡਿਕਸ਼ਨ ਐਂਡ ਮੈਂਟਲ ਹੈਲਥ케ਅਰ ਸੈਂਟਰ ਹੈ ਜਿਹੜਾ ਕਿ ਹੋਲਿਸਟਿਕ ਰਿਕਵਰੀ ਤੇ ਫੋਕਸ ਕਰਦਾ ਹੈ ਡਾਕਟਰ ਸਾਹਿਬ ਸਰਨਾਲ ਪ੍ਰੋਗਰਾਮ ਚ ਮੌਜੂਦ ਹੋਏ ਨੇ ਖੜਾ ਬਹੁਤ ਬਹੁਤ ਸਵਾਗਤ ਹਾਂ ਜੀ ਉਹ ਕਿ ਕਸਾ ਉਹ ਕਿ ਫਟੇ ਡਾਕਟਰ ਜੀ ਅਮ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਤਾਂ ਤੁਸੀਂ ਰੋਜ਼ ਹੀ ਵੇਖਦੇ ਹੋ ਥੋੜੇ ਹੀ ਥੋੜੇ ਹੀ ਗੱਲ ਗੱਪ ਬਾਤ ਕਰਦੇ ਇਸ ਕਰਕੇ ਅਮ ਸਟਿਗਮਾ ਕਾਫੀ ਹੈ ਫੈਮਲੀਆਂਜ਼ ਅਮ ਜਿਵੇਂ ਕੋ 15% ਪੋਪੂਲੇਸ਼ਨ ਅਮ ਜੇ 100 ਆਦਮੀ ਇਕੱਠੇ ਹੋਏ ਹੋਏ ਹੈ ਸਟੈਟਿਸਟਿਕਲੀ ਉਹਨਾਂ ਚੋਂ 15 15 ਕੋਈ ਸ਼ਰਾਬ ਜਾਂ ਨਸ਼ੇ ਦੀ ਥੋੜੀ ਜਿਮ ਵੱਡੀ ਪ੍ਰੋਬਲਮ ਹੋਊਗੀ ਹੂੰ ਠੀਕ ਹੈ ਸੋ 15 ਹੈਗੇ ਉਹਨਾਂ ਦੇ ਹਰ ਇੱਕ ਦੇ 10 ਫੈਮਿਲੀ ਮੈਂਬਰ ਹੋਣਗੇ 10 15 ਕਿਸ ਫੈਮਿਲੀ ਸਾਡੀਆਂ ਵੱਡੀਆਂ ਜੀ ਸੋ ਤੁਸੀਂ ਸੋਚੋ ਗਰਲ ਕੋਈ ਕਾਤੋਂ ਨਹੀਂ ਕਰਦਾ ਕਿਉਂਕਿ ਹਰ ਇੱਕ ਫੈਮਿਲੀ ਦੇ ਵਿੱਚ ਕੋਈ ਨਾ ਕੋਈ ਹੈਗਾ ਹੈ ਜਾਂ ਐਕਸਟੈਂਡਡ ਫੈਮਿਲੀ ਦੇ ਵਿੱਚ ਮੈਂਟਲ ਹੈਲਥ ਐਡਿਕਸ਼ਨ ਬੋਥ ਸਾਡੀ ਕਮਿਊਨਿਟੀ ਵਿੱਚ ਬੋਥ ਹੈ ਤੇ ਜਿੱਥੇ ਵੀ ਉਹ ਹੈਗਾ ਉੱਥੇ ਫੈਮਿਲੀ ਵੀ ਹੈਗੀ ਹੈ ਸੋ ਮੈਂ ਸਭ ਤੋਂ ਵੱਡੀ ਗੱਲ ਸਾਂਝੀ ਕਰਨ ਹੈ ਜਿਹੜੀ ਹੈ ਨਸ਼ਾ ਤੇ ਸ਼ਰਾਬ ਦੀ ਪ੍ਰੋਬਲਮ ਜਾਂ ਜੂਆ ਦੀ ਜਾਂ ਕੋਈ ਵੀ ਪ੍ਰੋਬਲਮ ਐਡਿਕਸ਼ਨ ਵੇ ਉਹ ਇੱਕ ਆਦਮੀ ਦੀ ਨਹੀਂ ਹੁੰਦੀ ਉਹ ਸਾਰੇ ਪਰਿਵਾਰ ਤੇ ਸੋਸ਼ਲ ਨੈਟਵਰਕ ਦੀ ਹੁੰਦੀ ਹੈ ਉਹਨਾਂ ਦੀ ਅਸੀਂ ਉਹਨਾਂ ਨੂੰ ਕਹਿੰਦੇ ਇਨਰ ਸਰਕਲ ਸੋ ਕੋਈ ਵੱਡੀ ਪ੍ਰੋਬਲਮ ਹੋਗੀ ਕੌਣ ਸਾਡੇ ਨਾਲ ਹੈ ਹੈਨਾ ਜੇ ਰਾਤ ਨੂੰ ਕੋਈ ਪ੍ਰੋਬਲਮ ਆ ਗਈ ਕਿਹਨੂੰ ਫੋਨ ਕਰੋਗੇ ਉਹ ਸਾਡਾ ਇਨਰ ਸਰਕਲ ਬੰਦਾ ਉਹਦੇ ਵਿੱਚ ਬਹੁਤ ਜ਼ਿਆਦਾ ਫੈਮਿਲੀ ਹੁੰਦੀ ਹੈ ਕਲੋਸ ਫਰੈਂਡ ਹੁੰਦੇ ਹਨਾ ਇਨਰ ਸਰਕਲ ਸੋ ਜਦੋਂ ਕਿਸੇ ਨੂੰ ਨਸ਼ਾ ਤੇ ਸ਼ਰਾਬ ਦੀ ਪ੍ਰੋਬਲਮ ਆ ਜਾਂਦੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਉਹ ਸਾਰੇ ਨੈਟਵਰਕ ਦੇ ਵਿੱਚ ਪ੍ਰੋਬਲਮ ਹੈ ਕਿ ਇਹ ਇੱਕਦਮ ਆਦਮੀ ਨੂੰ ਨਹੀਂ ਹੁੰਦੀ ਸਮਝ ਲਓ ਸੋਚ ਲਓ ਹੈਲਥੀ ਲੇਡੀ ਕੋਈ ਬੰਦੇ ਦੇ ਨਾਲ ਗੱਲ ਕਰਦੀ ਹੈ ਹਾ ਸ਼ਾਦੀ ਵਾ ਤੇ ਉਹਨੂੰ ਪਤਾ ਲੱਗ ਗਿਆ ਇਹ ਬੰਦਾ ਪੂਰਾ ਡੁੱਬਿਆ ਹੋਇਆ ਸ਼ਰਾਬ ਦੀ ਐਡਿਕਸ਼ਨ ਦੇ ਵਿੱਚ ਉਹ ਵਿਆ ਕਰੂਗੀ ਨਹੀਂ ਥੋੜਾ ਹੀ ਕਰੂਗੀ ਪਰ ਕਿ ਕਦੇ-ਕਦੇ ਕਰ ਲੈਂਦੇ ਆ ਕਾਤੋਂ ਕਿਉਂਕਿ ਦਿਮਾਗ ਵਿੱਚ ਖਿਆਲ ਆਜਨਾ ਮੈਂ ਇਹਨੂੰ ਫਿਕਸ ਕਰ ਸਕਦਾ ਸੋ ਉਹਦੇ ਵਿੱਚ ਕੋ-ਡਿਪੈਂਡੈਂਸੀ ਆਈ ਹੋਈ ਹੈ ਯੂਜ਼ੂअली ਕੀ ਹੁੰਦਾ ਉਹਦਾ ਫਾਦਰ ਉਹਦਾ ਪਾਪਾ ਪੀਂਦਾ ਸੀਗਾ ਸੋ ਇਹ ਸਾਈਕੋਲੋਜੀਕਲੀ ਅਟ੍ਰੈਕਸ਼ਨ ਬਣ ਜਾਂਦੀ ਹੈ ਉਸ ਕਰਕੇ ਜਿਹੜਾ ਜਿਹੜਾ ਸਾਡਾ ਨੈਟਵਰਕ ਹੁੰਦਾ ਜਿਹੜਾ ਸਾਡਾ ਇਨਰ ਸਰਕਲ ਹੁੰਦਾ ਅਸੀਂ ਕਿਉਂ ਇੱਕ ਬੰਦੇ ਨੂੰ ਲਾਈਕ ਕਰਦੇ ਆਂ ਤੇ ਦੂਜੇ ਬੰਦੇ ਨੂੰ ਨਹੀਂ ਲਾਈਕ ਕਰਦੇ ਉਹਨਾਂ ਦੀਆਂ ਹਰਕਤਾਂ ਕੌਨਸ਼ੀਅਸ ਸੁਚੇਤ ਤੇ ਅਨਸਬਕੌਨਸ਼ੀਅਸ ਅਚੇਤ ਉਹਨਾਂ ਦੀਆਂ ਹਰਕਤਾਂ ਸਾਨੂੰ ਠੀਕ ਲੱਗਦੀਆਂ ਅਸੀਂ ਕੰਫਰਟੇਬਲ ਹੈਗੇ ਆਂ ਸੋ ਜਦੋਂ ਗੱਲ ਇੱਥੇ ਯੂ ਨੋ ਕੋਈ ਬੰਦਾ ਹੈਗਾ ਉਹਨੇ 20 ਸਾਲ ਪੀਤੀਆ ਉਹਦੀ ਫੈਮਿਲੀ ਹੁਣ ਅੱਕ ਗਈ ਉਸ ਉਸ ਟਾਈਮ ਤੇ ਇੱਥੇ ਹੁੰਦੇ ਉਹ ਇੱਕ ਦੋ ਸਾਲ ਬਾਅਦ ਨਹੀਂ ਹੁੰਦੇ ਸ਼ਾਇਦ ਅਲਾ ਸ਼ੇਤੀ ਹੋ ਜਨੋ ਸੀ ਉਹ 20 ਸਾਲ ਬਾਅਦ ਹੁੰਦੇ ਆ 15 ਸਾਲ ਬਾਅਦ ਬਹੁਤ ਮੱਥਾ ਮਾਰ ਕੇ ਸਾਰਾ ਕੁਝ ਕਰਕੇ ਫੇਰ ਹੀ ਹੁੰਦੇ ਆ ਗੋਰਿਆਂ ਨੇ ਇੱਕ ਟਰਮ ਰੱਖਿਆ ਤੇ ਵਸਤੇ ਕੋਡਪੈਂਡੈਂਸੀ ਕੋਡਪੈਂਡੈਂਸੀ ਡਿਪੈਂਡੈਂਸੀ ਹੁੰਦਾ ਨਸ਼ਾ ਸ਼ਰਾਬ ਹਨਾ ਕੋਈ ਡਿਪੈਂਡੈਂਟ ਹੋ ਗਿਆ ਨਸ਼ਾ ਤੇ ਜਾਂ ਸ਼ਰਾਬ ਤੇ ਕੋਡਪੈਂਡੈਂਟ ਉਹ ਹੈਗਾ ਉਹ ਜਿਹੜਾ ਉਹਦੇ ਆਲੇ ਦੁਆਲੇ ਰਹਿੰਦਾ ਉਹ ਦੇ ਨਾਲ ਬਿਕੋਜ਼ ਉਹਦੀ ਹਰਕਤਾਂ ਸਾਰਨ ਵਾਸਤੇ ਆਪਦੇ ਆਪ ਨੂੰ ਸਾਈਕੋਲੋਜੀਕਲੀ ਬਦਲਣਾ ਪੈਂਦਾ ਹਾਂ ਹਨ ਸੋ ਉਹਦੇ ਨਾਲ ਜੇ ਬੰਦੇ ਦਾ ਹੁਣ ਬੰਦਾ ਆ ਗਿਆ 20 ਸਾਲ ਬਾਅਦ ਸਾਡੇ ਕੋਲ ਅਸੀਂ ਫੈਮਲੀ ਨੂੰ ਕਿਉਂ ਇਨਵੋਲਵ ਕਰਦੇ ਹਾਂ ਕਿਉਂਕਿ ਅਸੀਂ ਹੋਲਿਸਟਿਕ ਰਿਕਵਰੀ ਕਰਦੇ ਹਾਂ ਹੋਲਿਸਟਿਕ ਰਿਕਵਰੀ ਹੋ ਨਹੀਂ ਸਕਦੀ ਫੈਮਲੀ ਤੋਂ ਬਿਨਾ ਪਰ ਸਭ ਤੋਂ ਵੱਡੀ ਗੱਲ ਫੈਮਲੀ ਨੂੰ ਸਮਝਣੀ ਪੈਂਦੀ ਹੈ ਬਿਮਾਰੀ ਜੇ ਉਹਨਾਂ ਦੇ ਬੰਦੇ ਦੇ ਨਾਲ ਹੈ ਉਹਨਾਂ ਦੇ ਉਹਦੇ ਨਾਲ ਰਿਲੇਟ ਕਰਨ ਦਾ ਗੱਲਾਂ ਕਰਨ ਦਾ ਤਰੀਕਾ ਉਹਦੇ ਵਿੱਚ ਵੀ ਬਿਮਾਰੀ ਹੈਗੀ ਹੈ बिकॉज ਐਡਿਕਸ਼ਨ ਇਸ ਸਟ्रेस ਇੰਡੂਸ ਡੀਫੈਕਟ ਆਫ ਦਿ ਮਾਈਂਡ ਸੋ ਆਦਮੀ ਜਦੋਂ ਟੈਂਸ਼ਨ ਆ ਜਾਂਦੀ ਹੈ ਕਿਸੇ ਦਾ ਦਿਮਾਗ ਜਾਵਣ ਦਾ ਮੈਂ ਥੋੜਾ ਚਿਪਸ ਖਾ ਲਾਂ ਕਿਸੇ ਦਾ ਹੋਰ ਦਿਮਾਗ ਜਾਵਣ ਦਾ ਮੈਂ ਨੈਟਫਲਿਕਸ ਜਾਂ ਟੈਲੀਵਿਜ਼ਨ ਜਾਂ ਸੀਰੀਅਲ ਵੇਖਾਂ ਪਰ ਜਦੋਂ ਨਸ਼ਾ ਸ਼ਰਾਬ ਬੰਦਾ ਟੈਂਸ਼ਨ ਚ ਆ ਜਾਂਦਾ ਉਹਨਾਂ ਦਾ ਦਿਮਾਗ ਜਾਂਦਾ ਨਸ਼ਾ ਤੇ ਸ਼ਰਾਬ ਉਹਨਾਂ ਦਾ ਉਹੀ ਤਰੀਕਾ ਹੈ ਸਾਰੇ ਤਰੀਕੇ ਕੰਮ ਕਰਨੋਂ ਹਟ ਗਏ ਉਹਨਾਂ ਦੀ ਟ੍ਰੀਟਮੈਂਟ ਕੀ ਹੈ ਜਦੋਂ ਅਸੀਂ ਉਹਨਾਂ ਨੂੰ ਹੋਰ ਤਰੀਕੇ ਸਿਖਾਉਂਦੇ ਆ ਉਹ ਕੰਮ ਕਰਨ ਤੋਂ ਪਹਿਲਾਂ ਤੇ ਜਦੋਂ ਉਹਨਾਂ ਦੇ ਨਾਲ ਸਟ੍ਰੈਸ ਛੁੱਟ ਜਾਂਦੀ ਹੈ ਉਹ ਪੀਂਦੇ ਨਹੀਂ ਉਹ ਪਾਗਲ ਥੋੜੀ ਹੈ ਉਹ ਉਹ ਵੀ ਨਹੀਂ ਚਾਹੁੰਦੇ ਜੋ ਵੀ ਆਦਮੀ ਸ਼ਰਾਬ ਦੀ ਪ੍ਰੋਬਲਮ ਹੈ ਉਹ ਹੇਟ ਕਰਦਾ ਬੋਤਲ ਬੋਤਲ ਸਾਹਮਣੇ ਰੱਖੋ ਜਰੂਰ ਉਹਨੇ ਪੀਣੀ ਹੈ ਪਰ ਉਹਨੇ ਹੇਟ ਵੀ ਕਰਨਾ ਤੇ ਜਦੋਂ ਪੀਦੇ ਉਹਨੇ ਪੁੱਛਣਾ ਹਾਂ ਕਾਂ ਤੋਂ ਕਰ ਲਿਆ ਹਾਂ ਮੈਂ ਦੁਆਰਾ ਕਰ ਲਿਆ ਕਾ ਤੋਂ ਪਤਾ ਨਹੀਂ ਗਲਤੀ ਹੋ ਗਈ ਫਿਰ ਗਲਤੀ ਹੋ ਗਈ ਪਰ ਸੋ ਸਾਨੂੰ ਜਿਹੜੇ ਅਸੀਂ ਬਾਹਰ ਜਿਹੜੇ ਨਹੀਂ ਪੀਂਦੇ ਅਸੀਂ ਵੇਖਦੇ ਆਂ ਸੋਚਦੇ ਆਂ ਇਹ ਲਾਈਕ ਕਰਦਾ ਇਹ ਜਾਣ ਕੇ ਕਰਨ ਨੂੰ ਤੋੜਦਾ ਪਰ ਐਕਚੁਅਲੀ ਇੱਕ ਟੰਗ ਦੀ ਬਿਮਾਰੀ ਬਣ ਜਾਂਦੀ ਹੈ ਸੋ ਜਦੋਂ ਉਹ ਬੰਦੇ ਨੂੰ ਟੈਨਸ਼ਨ ਸਾਰਨ ਦੇ ਤਰੀਕੇ ਮਿਲ ਜਾਂਦੇ ਆ ਜਿਹੜੇ ਕੰਮ ਕਰਦੇ ਆ ਫਿਰ ਉਹ ਸ਼ਰਾਬ ਨੂੰ ਬੰਦ ਕਰ ਦੂਗਾ ਤੇ ਉਹਨਾਂ ਚੋਂ ਮੈਂ ਕਈ ਤਰੀਕੇ ਹੈਗੇ ਪਰ ਮੈਂ ਇੱਕ ਤਰੀਕਾ ਮੈਂ ਉਹਦੇ ਵਾਸਤੇ ਗੱਲ ਕਰਨਾ ਜਦੋਂ ਅਸੀਂ ਕੋਈ ਟੈਨਸ਼ਨ ਚਾ ਅਸੀਂ ਫੋਨ ਕਰ ਲੈਂਦੇ ਆ ਫੈਮਲੀ ਨੂੰ ਹਨਾ ਪਰ ਜਿਹੜਾ ਬੰਦਾ ਨਸ਼ਾ ਸ਼ਰਾਬ ਦੀ ਪ੍ਰੋਬਲਮ ਹੈ ਉਹਨੇ ਬਹੁਤ ਤੰਗ ਕੀਤਾ ਤੁਹਾਨੂੰ ਲੱਗਦਾ ਉਹਨੇ ਫੋਨ ਕਰਨਾ ਫੈਮਲੀ ਨੂੰ ਫੈਮਲੀ ਨਾ 1500 ਵਸਤੇ ਗਾਧਾਂ ਦਿੰਦੀ ਹੈ ਹਾਂ ਜਾਂ ਪੁੱਛਦੀ ਹੈ ਤੂੰ ਕਾਹਤੋਂ ਕਰਦਾ ਤੂੰ ਕਾਹਤੋਂ ਖਰਾਬ ਕਰਦਾ ਤੂੰ ਇਹ ਕਾ ਰੋਕਰ ਪਰ ਉਹਨਾਂ ਦੇ ਸਮਝਣ ਦੇ ਤਰੀਕੇ ਕਮ ਨਹੀਂ ਕਰ ਉਹਨਾਂ ਦੇ ਗੱਲ ਕਰਨ ਦੇ ਤਰੀਕੇ ਖਜੋਨਦੇ ਐ ਠੰਡੇ ਨਹੀਂ ਕਰਦੇ ਪਰ ਜੇ ਮੈਂ ਤੁਹਾਨੂੰ ਇੱਕ ਗੱਲ ਮੈਂ ਸਾਂਝੀ ਦੱਸ ਮੈਂ ਸਾਂਝੀ ਕਰ ਦਾਂ ਮੈਂ ਇਹ ਹਸਬੰਡ ਤੇ ਵਾਈਫ ਬਾਰੇ ਗੱਲ ਕਰਨਾ ਜੀ ਮੈਂ ਰੇਡੀਓ ਤੇ ਮਸਜਿਦ ਮਸਜਿਦ ਦੀ ਜੀ ਗੱਲ ਕਰਤ ਨਾ ਕੋਈ ਨਹੀਂ ਟੈਨਸ਼ਨ ਦੇ ਸਕਦਾ ਵਾਈਫ ਨੂੰ ਜਿੰਨਾ ਹਸਬੰਡ ਦੇ ਸਕਦਾ ਹਾਂ ਤੇ ਕੋਈ ਨਹੀਂ ਸਪੋਰਟ ਕਰ ਸਕਦਾ ਵਾਈਫ ਨੂੰ ਜਿੰਨਾ ਹਸਬੰਡ ਕਰ ਸਕਦਾ ਤੇ ਦੋ ਦੂਜੇ ਪਾਸੇ ਵੀ ਕੋਈ ਨਹੀਂ ਟੈਨਸ਼ਨ ਹਸਬੰਡ ਨੂੰ ਦੇ ਸਕਦਾ ਜਿੰਨਾ ਵਾਈਫ ਦੇ ਸਕਦੀ ਹੈ ਤੇ ਕੋਈ ਨਹੀਂ ਸਹਾਰਾ ਦੇ ਸਕਦਾ ਹਸਬੰਡ ਨੂੰ ਜਿੰਨਾ ਵਾਈਫ ਦੇ ਸਕਦੀ ਹੈ ਸੋ ਆਦਮੀ ਦੀ ਨਸ਼ਾ ਦੀ ਪ੍ਰੋਬਲਮ ਬੰਦ ਕਰਨਾ ਚਾਹੁੰਦੇ ਮੈਨੂੰ ਮੇਰੇ ਮਨ ਵਿੱਚ ਇਹ ਚੱਲਦਾ ਐ ਜੈ ਡਾਕਟਰ ਮੈਂ ਸੋਚਦਾ ਹਾਂ ਕਿ ਇਹਦੀ ਟੈਨਸ਼ਨ ਘਾਤੂ ਹੈ ਹਾਂਜੀ 99% ਦੀ ਟੈਨਸ਼ਨ ਦੀ ਫੈਮਲੀ ਹੁੰਦੀ ਹੈ ਹਾਂ ਉਹ ਕੀ ਕਹਿਣਗੇ ਉਹ ਕਹਿੰਦੇ ਆ ਕੰਮ ਕਰ ਰੋਕਦੇ ਇਨ ਲਾਜ਼ ਦੇ ਫਾਮ ਫੋਨ ਕਾਲ ਬਾਰ ਬਾਰ ਉਹਨੇ ਕਾਤੂ ਕਰਦਾ ਹੈ ਨਾ ਟੈਨਸ਼ਨ ਡਰਾਈਵ ਅਪ ਕਰ ਦਈ ਉਹ ਜਦੋਂ ਰਿਸ਼ਤਾ ਵਾਈਫ ਤੇ ਹਸਬੰਡ ਦਾ ਡਿਸਟਰਬ ਬੰਦਾ ਬੰਦੇ ਦੀ ਦਿਮਾਗ ਕੰਮ ਕਰਨ ਨੂੰ ਹਟ ਜਾਂਦਾ ਹਾਂ ਹੋਸ ਕਰਕੇ ਉਹ ਜਦੋਂ ਜੇਸੀ ਇਲਾਜ ਕਰਨਾ ਉਹਦੇ ਤੇ ਧਿਆਨ ਕਰਨਾ ਪੈਂਦਾ ਪਹਿਲੇ ਪਹਿਲੇ ਮੈਨੂੰ ਸਮਝ ਨਹੀਂ ਸੀ ਆਏ ਪਰ ਮੈਂ ਪੰਜਾਬੀ ਨੂੰ ਬਹੁਤ ਚਿਰ ਤੋਂ ਟ੍ਰੀਟ ਕਰਦਾ ਪਹਿਲੇ ਪਹਿਲੇ ਮੈਂ ਇਨਵੋਲ ਨਹੀਂ ਸੀ ਹੁੰਦਾ ਫੈਮਲੀ ਵਿੱਚ ਮੈਂ ਜਸ ਬੰਦਾ ਜਿਵੇਂ ਗੋਰੇ ਕਰਦੇ ਨੇ ਉਹ ਉਹਨਾਂ ਚ ਤੁਸੀਂ ਉਹਨਾਂ ਦੀ ਫੈਮਲੀ ਦੂਰ ਰਹਿੰਦੀ ਆ ਆਪਸ ਵਿੱਚ ਤਕਰੀਬਨ ਉਹਨਾਂ ਦੇ ਵਿੱਚ ਵੀ ਇਹ ਪ੍ਰੋਬਲਮ ਹੈ ਪਰ ਉਹ ਸਾਡੀ ਫੈਮਲੀ ਬਹੁਤ ক্লোਜ਼ ਹੈ ক্লোਜ਼ ਹੈਗੀ ਹੈ ਸੋ ਪਹਿਲਾਂ ਪਹਿਲਾਂ ਮੈਂ ਸੋਚਿਆ ਸੀ ਕਾਨੂੰ ਗੱਲ ਸ਼ੇਅਰ ਨਹੀਂ ਹੈ ਫੈਮਲੀ ਦੇ ਨਾਲ ਉਹ ਡਰਾਮਾ ਹੀ ਹੈ ਅਸੀਂ ਇਨਵੋਲਵ ਕਰਤੋਂ ਹਈਏ ਕਿਉਂਕਿ ਜਿੰਨਾ ਜਰਸੀ ਇਨਵੋਲਵ ਨਹੀਂ ਹੁੰਦੇ ਥੋੜਾ ਬਹੁਤਾ ਕੁਝ ਦੱਸਦੇ ਨਹੀਂ ਬੰਦਾ ਸੋਫੀ ਨਹੀਂ ਹੁੰਦਾ ਐਸੇ ਦੀ ਜੀ ਗੱਲ ਹੈ ਫੈਮਲੀ ਨੂੰ ਅਡਜਸਟਮੈਂਟ ਕਰਨੀ ਪੈਣੀ ਹੈ ਤੇ ਜਦੋਂ ਵਾਈਫ ਤੇ ਹਸਬੰਡ ਦਾ ਸਮਝੋਤਾ ਬਣ ਜਾਂਦਾ ਫਿਰ ਜਦੋਂ ਆਦਮੀ ਨੂੰ ਕਰੇਵਿੰਗ ਹੁੰਦੀ ਹੈ ਉਹ ਨਸ਼ਾ ਸ਼ਰਾਬ ਪੀਣ ਤੋਂ ਪਹਿਲਾਂ ਉਹਨਾਂ ਨੂੰ ਕਰੇਵਿੰਗ ਹੁੰਦੀ ਹੈ ਕਰੇਵਿੰਗ ਉਹਨਾਂ ਪਲ ਉੱਠਣਾ ਜਦੋਂ ਆਦਮੀ ਚਾਹੁੰਦਾ ਹੈ ਪਰ ਉਹਨੂੰ ਪਤਾ ਗਲਤ ਹੈ ਨਹੀਂ ਕਰਨਾ ਕਿਹਨੂੰ ਦੱਸੇ ਜੇ ਫੈਮਲੀ ਨੂੰ ਕੁਝ ਪਤਾ ਨਹੀਂ ਨਸ਼ਾ ਸ਼ਰਾਬ ਉਹਨਾਂ ਨੂੰ ਉਹਨਾਂ ਨੇ ਕੀ ਕਹਿਣਾ ਹੈ ਉਹਨਾਂ ਨੇ ਕੀ ਕਹਿਣਾ ਜੇ ਉਹ ਕਹਿੰਦਾ ਮੇਰਾ ਪਲ ਉੱਠਦਾ ਮੈਂ ਨਸ਼ਾ ਕਰਨਾ ਉਹਨਾਂ ਨੇ ਚਿੜਕਣਾ ਹਾਂ ਹਾਂ ਹੈਨਾ ਤੇ ਹੋਰ ਨਾਲ ਉਹਦੀ ਟੈਂਸ਼ਨ ਵਧੂਗੀ ਹਾਂ ਤੇ ਉਹਦੇ ਕਰੀਵਿੰਗ ਵਰਸ ਹੋਣਗੇ ਤੇ ਉਹਨੇ ਪੀਣੀ ਹੈ ਠੀਕ ਹੈ ਪਰ ਜੇ ਫੈਮਲੀ ਉਸ ਮੌਕੇ ਤੇ ਕਹਿੰਦੇ ਕੋਈ ਨਾ ਅਸੀਂ ਨਾਲ ਨਾ ਤੇਰੇ ਅਸੀਂ ਕੁਝ ਬਿਜ਼ੀ ਹੋ ਗਏ ਅਸੀਂ ਆਈਸਕ੍ਰੀਮ ਖਾ ਲਈਏ ਅਸੀਂ ਕੁਝ ਖੰਡ ਸੁਆਦਲੀ ਚੀਜ਼ ਮੈਂ ਬਣਾ ਦਣਾ ਜਸ ਟਿੱਕ ਕੇ ਬਹਿ ਜਾ ਹਾਂ ਉਹ ਬੰਦਾ ਫਿਰ ਸੋਚੂਗਾ ਹਾਂ ਇਹ ਸੇਫ ਹੈ ਇਹਨੇ ਹੁਣ ਚਿੜਕਣਾ ਨਹੀਂ ਮਨੂ ਇਹਨੇ ਮੇਰੀ ਮਦਦ ਕਰਨੀ ਹੈ ਹਾਂ ਤੁਸੀਂ ਆਪ ਆਪ ਸੋਚੋ ਤੁਸੀਂ ਕੋਈ ਕੋਈ ਆਦਤ ਹਨ ਜਿਹੜੀ ਆਪ ਦੇ ਆਪ ਬਾਵਤ ਜਿਹੜੀ ਚੰਗੀ ਨਹੀਂ ਲੱਗਦੀ ਤੁਸੀਂ ਕਦੇ ਟਰਾਈ ਕੀਤੀ ਹੈ ਹਟਨ ਨੂੰ ਕਿੰਨੇ ਵਾਰੀ ਟਰਾਈ ਕੀਤੀ ਸੀ ਅ ਅੰਟੀਲ ਸਕਸੈਸ ਆ ਗਿਆ ਕਿੰਨੇ ਵਾਰ ਕਿੰਨੀ ਵਾਰੀ ਕਰਨੀ ਪੈਂਦੀ 10 11 12 ਵਾਰ 10 11 ਵਾਰ 100 ਵਾਰ ਹੈ ਨਾ ਹਾਂ ਸੋ ਇਹਨਾਂ ਦੇ ਨਾਲ ਵੀ ਇਹ ਹੈ ਐਕਸੈਪਟ ਜਦੋਂ ਇਹ ਫੇਲ ਹੁੰਦੇ ਸਾਰਾ ਕੈਰ ਡਿਸਟਰਬ ਹੋ ਜਾਂਦਾ ਜਦੋਂ ਮੈਂ ਆਪਦੀ ਜਿਵੇਂ ਮੈਂ ਆਪਦੀ ਖਰਾਕ ਨੂੰ ਥੋੜਾ ਘਟੋਣਾ ਆਪ ਦਾ weight ਨੂੰ ਥੋੜਾ ਘਟੋਣ ਦੀ ਕੋਸ਼ਿਸ਼ ਕਰਦਾ ਮੈਂ ਕਿੰਨੇ ਵਾਰੀ ਮੈਂ ਕਿਹਾ ਆ ਪੀਜ਼ਾ ਖਾਣਾ ਨਹੀਂ ਚਾਹੀਦਾ ਐਕਸਟਰਾ ਸਪਾਈਸ ਪਰ ਮੈਂ ਖਾ ਲੈਣਾ ਫਿਰ ਆਪਦੇ ਆਪ ਨੂੰ ਉਹ ਜਿਹੜੀ ਗੱਲ ਜਿਹੜੀ ਦਿਮਾਗ ਦੇ ਵਿੱਚ ਹੁੰਦੀ ਹੈ ਉਹ ਉਹਨਾਂ ਚ ਵੀ ਹੁੰਦੀ ਹੈ ਪਰ ਜੇ ਉਹਨਾਂ ਨੂੰ ਉਸ ਮੌਕੇ ਤੇ ਕੋਈ ਸਹਾਰਾ ਦੇਣ ਨੂੰ ਤਿਆਰ ਨਹੀਂ ਫਿਰ ਆ ਉਹਨਾਂ ਨੇ ਆਪ ਦੇ ਤਰੀਕੇ ਦੇ ਨਾਲ ਉਹ ਟੈਨਸ਼ਨ ਸਮਾ ਲ ਲੈਣੀਆਂ ਤਾਂ ਨਾਲ ਇਨਵੋਲ ਅਲਕੋਹਲ اسپੈਸ਼ਲੀ ਜਦੋਂ अर्ਲੀ ਰਿਕਵਰੀ ਵਿੱਚ ਬੱਲਾ ਸ਼ੇ 8 ਤਨ ਮਹੀਨੇ ਸਮਝੋ 10 ਮਹੀਨੇ अर्ਲੀ ਰਿਕਵਰੀ ਹੈ ਦਿਮਾਗ ਜਦੋਂ ਆਦਮੀ ਨਸ਼ਾ ਸ਼ਰਾਬ हट ਗਿਆ ਛੇ ਮਹੀਨੇ ਲੱਗਦੇ ਐ ਕਰਤੂਕਟ ਨਿਊਰੋਟ੍ਰਾਂਸਮਿਟਰਸ ਨੂੰ ਸਟੇਬਲ ਹੋਣ ਤੇ ਜਿਹੜੇ ਜਿਹੜੀ ਜਿਹੜੀ ਨਿਊਰੋਟ੍ਰਾਂਸਮਿਟਰ ਨੂੰ ਕੀ ਕਹਿੰਦੇ ਦਿਮਾਗ ਦੇ ਵਿੱਚ ਜਿਹੜੇ ਦਿਮਾਗ ਦੀਆਂ ਨਾੜੀਆਂ ਦਿਮਾਗ ਦੇ ਕੁਝ ਸੈਂਟਰਸ ਜਿਹੜੇ ਕਿ ਸ਼ਾਂਤ ਹੋਣਗੇ ਫਿਰ ਇਹ ਇਹ ਦਿਮਾਗ ਦੀਆਂ ਨਾੜੀਆਂ ਨੂੰ ਛੇ ਮਹੀਨੇ ਲੱਗਦੇ ਸ਼ਾਂਤ ਹੋਣ ਤੇ ਨਸ਼ਾ ਕਰਨ ਤੋਂ ਬਾਅਦ ਉਹਨਾਂ ਟਾਈਮ ਵਾਸਤੇ ਅ ਕੇਵਰੀ 12 ਮਹੀਨੇ ਵੀ ਲੱਗ ਜਾਂਦੇ ਆ ਸੋ ਉਜਾ ਪਹਿਲਾ 12 ਮਹੀਨੇ ਆ ਪਹਿਲੇ 2 ਸਾਲ ਰਿਕਵਰੀ ਦੇ ਫ੍ਰਾਜਲ ਹੁੰਦੇ ਉਹ ਆਦਮੀ ਛੇਤੀ ਡਬਜੰਦਾ ਦੂਜੇ ਪਾਸੇ ਜਾਵੜਿੰਦਾ ਜੇ ਫੈਮਲੀ ਸਾਥ ਦੇਵੇ ਮੇਰਾ ਐਕਸਪੀਰੀਅੰਸ ਕਲੀਨਿਕਲੀ ਇਹ 80% ਛੇਤੀ ਠੀਕ ਹੋ ਜਾਂਦਾ ਤੇ 80% ਜਿਆਦਾ ਸਹੀ ਵੀ ਹੋ ਜਾਂਦਾ ਲਾਜ ਵਾਓ ਬਹੁਤ ਵੱਡਾ ਫਰਕ ਮੈਂ ਮੇਰੇ ਕੋਲ ਸਟੂਡੈਂਟਸ ਨੂੰ ਦੱਸਦਾ ਰਹਨਾ ਫੈਮਲੀ ਨੂੰ ਇਨਵੋਲਵ ਕਰੋ ਉਹਨਾਂ ਨੂੰ ਸਮਝਾਓ ਤੇ ਉਹਨਾਂ ਨੇ ਤੇ ਹੁਣ ਮੈਂ ਗੱਲ ਕਰਦਾ ਕੀ ਸਮਝਾਉਣਾ ਉਹਨਾਂ ਨੂੰ ਠੀਕ ਹੈ ਡਾਕਟਰ ਸਾਹਿਬ ਤੁਸੀਂ ਕਿਹਾ ਕਿ ਅਸੀਂ ਸਮਝਾਈਏ ਕਿਵੇਂ ਉਸ ਵਿਅਕਤੀ ਨੂੰ ਮੈਂ ਤੁਹਾਡੇ ਨਾਲ ਥੋੜੀਆਂ ਜੀਆਂ ਕੁਝ ਗੱਲਾਂ ਸਾਂਝੀਆਂ ਕਰਦੀਆਂ ਲੈ ਤੇਰੇ ਕਰਕੇ ਸਾਰਾ ਘਰ ਖਰਾਬ ਹੋਇਆ ਪਿਆ ਹੈ ਤੂੰ ਸੀ ਆਪਣੇ ਬੱਚਿਆਂ ਬਾਰੇ ਵੀ ਨਹੀਂ ਸੋਚਦੇ ਤੂੰ ਨਸ਼ੇ ਕਰਕੇ ਆ ਜੰਨਾ ਆ ਇਹੇ ਨਹੀਂ ਖਿਆਲ ਆਉਂਦਾ ਕਿ ਘਰ ਕਿਵੇਂ ਚਲਾਉਣਾ ਆ ਵੋਟੀ ਤੇਰੀ ਕੱਲੀ ਬੈਠੀ ਰਹਿੰਦੀ ਐ ਫੇਰ ਤੇਰੇ ਪਿਓ ਨੇ ਜੋ ਕੁਝ ਬਣਾਇਆ ਸੀ ਤੂੰ ਤਾਂ ਸਾਰਾ ਹੀ ਖੂ ਖਾਤੇ ਪਾਤਾ ਫੇਰ ਇਹ ਜੀਆਂ ਗੱਲਾਂ ਕੀ ਅੱਜ ਫੇਰ ਨਸ਼ੇ ਕਰ ਲਏ ਅੱਜ ਫੇਰ ਸ਼ਰਾਬ ਨਾਲ ੁੱਤ ਹੋ ਕੇ ਆ ਗਿਆ ਤੈਨੂੰ ਮੈਂ ਕਸਮ ਦਿੱਤੀ ਸੀ ਕਿ ਤੂੰ ਕਸਮ ਤੋੜਦੀ ਐ ਹਨਾ ਇਹ ਤੁਸੀਂ ਇਹ ਤੁਸੀਂ ਤੁਹਾਡੇ ਕ੍ਰੋਸ ਆਂਦੀਆਂ ਹੋਣਗੀਆਂ ਗੱਲਾਂ ਮਾਦੂ ਡੇਲੀ ਸੋ ਇਹ ਤੇ ਐਵੇਂ ਹੀ ਹੁੰਦੀ ਆ ਸੋ ਮੈਂ ਮੈਂ ਇੱਕ ਗੱਲ ਸਾਂਝੀ ਕਰਨਾ ਪਿਆਰ ਦੋ ਟੰਗਾਂ ਦੇ ਪਿਆਰ ਹੈਗੇ ਇੱਕ ਹੈਗਾ ਕਰੜਾ ਪਿਆਰ ਤੇ ਦੂਜਾ ਹੈਗਾ ਪੋਦਲਾ ਪਿਆਰ ਸੋ ਦੋ ਟੰਗ ਦੇ ਪਿਆਰ ਹੁੰਦੇ ਇੱਕ ਟੰਗ ਦਾ ਨਹੀਂ ਹੁੰਦਾ ਦੋ ਟੰਗ ਦੇ ਹੁੰਦੇ ਸੋ ਜਾਦਾ ਫੈਮਲੀਆਂ ਉਹ ਇੱਕ ਢੰਗ ਦੇ ਨਾਲ ਜਿਹਾ ਜੇਸੀ ਕੋਈ ਵੀ ਇਨਸਾਨ ਜਿਨ੍ਹਾਂ ਸਾਡੀ ਰਿਲੇਸ਼ਨਰ ਸਾਡੇ ਅਸੀਂ ਜ਼ਿਆਦਾ ਕੰਫਰਟੇਬਲ ਹੱਗੇ ਇੱਕ ਢੰਗ ਦੇ ਨਾਲ ਸੀ ਸੋ ਜਿਹੜੀਆਂ ਤੁਸੀਂ ਹੁਣੇ ਗੱਲਾਂ ਕੀਤੀਆਂ ਉਹ ਹੈਗਾ ਥੋੜਾ ਕਰੜਾ ਪਿਆਰ ਪਿਆਰ ਸਾਡੀ ਕਮਿਊਨਿਟੀ ਆਪਸ ਵਿੱਚ ਫੈਮਲੀ ਵਿੱਚ ਬਹੁਤ ਹੈ ਉਸ ਕਰਕੇ ਫੈਮਲੀ ਇਕੱਠੀਆਂ ਹੈਗੀਆਂ ਉਸ ਕਰਕੇ ਕੇਅਰ ਕਰਦੀਆਂ ਹਨ ਸਾਰੀਆਂ ਜਿਹੜੀਆਂ ਗੱਲਾਂ ਤੁਸੀਂ ਕਿਹਾ ਇਹ ਪਿਆਰ ਵਿੱਚੋਂ ਆ ਆ ਆ ਗੁੱਸੇ ਦੇ ਰੂਪ ਚ ਆਉਂਦੀ ਆ ਗੁੱਸੇ ਦੇ ਰੂਪ ਦੇ ਵਿੱਚ ਆ ਜਾਂਦੀ ਆ ਪਰ ਹੈਗਾ ਪਿਆਰ ਮੈਂ ਤੁਹਾਨੂੰ ਫਿਰ ਦੱਸਦਾ ਪ੍ਰੋਬਲਮ ਕੀ ਹੈ ਨਸ਼ਾ ਸ਼ਰਾਬ ਇਹ ਨਾ ਉਹ ਹੈਗੀ ਬਿਮਾਰੀ ਬਿਮਾਰੀ ਕਿਹੋ ਜੀ ਬਿਮਾਰੀ ਹੈ ਸਾਡੇ YouTube ਚੈਨਲ ਤੇ ਇੱਕ ਇੱਕ ਵੀਡੀਓ ਹੈਗਾ ਨਾਮ ਰਿਕਵਰੀ ਉਹਦੇ ਵਿੱਚ ਐਡਿਕਟਡ ਬੰਦੇ ਉਹ ਝੂਠ ਖਾਤਮ ਬੋਲਦੇ ਆ ਹੂੰ ਸੋ ਮੈਂ ਉਹਦੇ ਵਿੱਚ ਮੈਂ ਸਮਝਉਂਦਾ ਹਾਂ ਨਾ ਵੀਕ ਮਿੰਟ ਦੀ ਵੀਡੀਓ ਉਹਦੇ ਵਿੱਚ ਮੈਂ ਸਮਝਉਂਦਾ ਐਡਿਕਸ਼ਨ ਇਜ਼ ਦ ਡਿਜ਼ੀਜ਼ ਆਫ ਲਾਈਸ ਮੈਂ ਡੇਲੀ ਮੈਂ ਝੂਠ ਖਾਂ ਲਾਈਕ ਝੂਠ ਮੈਨੂੰ ਦਿੰਦੇ ਆ ਕੋਈ ਨਾ ਕੋਈ ਮੈਨੂੰ ਰੋਜ਼ ਕਈ ਵਾਰੀ ਇੱਕ ਦਿਨ ਚ ਝੂਠ ਬੋਲਦੇ ਇਹ ਬਿਮਾਰੀ ਇੱਕ ਜਦੋਂ ਦਿਲ ਦੀ ਪ੍ਰੋਬਲਮ ਹੈ ਗਿਆ ਛਾਤੀ ਦੁਖਦੀ ਹੈ ਨਾ ਉਹ ਹਾਰਟ ਪ੍ਰੋਬਲਮ ਦਾ ਦੇ ਨਾਲ ਸਿੰਪਟਮ ਛਾਤੀ ਭਾਰੀ ਹੋ ਜਾਂਦੀ ਹੈ ਜਦੋਂ ਨਸ਼ਾ ਸ਼ਰਾਬ ਕਰਦਾ ਉਹ ਝੂਠ ਬੋਲਣ ਲੱਗ ਜਾਂਦਾ ਇਹ ਬਿਮਾਰੀ ਪਰਟ ਹੈਗਾ ਤੇ ਪਰ ਇੱਕ ਚੀਜ਼ ਮੈਂ ਵੇਖ ਕਿ ਜਦੋਂ ਹਸਬੰਦ ਆਫ ਦੀ ਵਾਈਫ ਨੂੰ ਝੂਠ ਬੋਲਦਾ ਉਹ ਜਿਆਦਾ ਕਿਹ ਕਰਦੀ ਝੂਠ ਕਿਉਂ ਬੋਲਦਾ ਨਸ਼ਾ ਸ਼ਰਾਬ ਨਾਲ ਵੱਡੀ ਗੱਲ ਹੈਗੀ ਉਹਦੇ ਬਾਵਤ ਸੱਚ ਨਹੀਂ ਦੱਸਦਾ ਹੂੰ ਤੇ ਉੱਥੇ ਸਭ ਤੋਂ ਵੱਡਾ ਫਰਕ ਪੈ ਜਾਂਦਾ ਪਰਿਵਾਰ ਵਿੱਚ ਇਹ ਠੀਕ ਹੈ ਨਸ਼ਾ ਜਾਂ ਸ਼ਰਾਬ ਪੀਂਦਾ ਤੇ ਪੰਗਾ ਪਰ ਝੂਠਾ ਤੋਂ ਬੋਲਦਾ ਸਿੱਧਾ ਕਿਉਂ ਨਹੀਂ ਦੱਸਦਾ ਅੱਛਾ ਤੇ ਇਹਨਾਂ ਦੀ ਬਿਮਾਰੀ ਇਹ ਹੈ ਇਹ ਝੂਠੇ ਦਿੱਤੇ ਬੋਲਣ ਦੀ ਹੂੰ ਓਸ ਕਰਕੇ ਟ੍ਰੀਟਮੈਂਟ ਚਾਹੀਦੀ ਓਸ ਕੋਈ ਚੀਜ਼ ਤੇ ਕੰਮ ਕਰਨਾ ਟਾਈਮ ਲੱਗਦਾ ਫੈਮਿਲੀ ਸਰਜਰੀ ਕੋਲ ਹੀ ਹੁੰਦੀ ਹੈ ਪਹਿਲੀ ਚੀਜ਼ ਹੈਗੀ ਹੈ ਪੇਸ਼ੈਂਸ ਸੋ ਕੇਵਰੀ ਉਹ ਆ ਚੁੱਕੇ ਹੈ ਜੇ ਕੋ ਮਾਰਾ ਮੋਟਾ ਪਾਠ ਕਰਦੇ ਸੀ ਉਹ ਵੀ ਛੱਡਦਾ ਜਸਟ ਜਸਟ ਟੈਨਸ਼ਨ ਹੀ ਲੈਂਦੇ ਆ ਕਿਸੇ ਨਾਲ ਗੱਲ ਨਹੀਂ ਕਰਦੇ ਸ਼ਰਮ ਕਰ ਲਾਈਕ ਲੋਕੀ ਕੀ ਕਹਿਣਗੇ ਵਾਲੀ ਚੀਜ਼ ਹੋ ਜਾਂਦੀ ਹੈ ਅੰਦਰੋਂ ਟੈਨਸ਼ਨ ਕੋਈ ਹੋਰ ਥਾਂ ਦਿੰਦੇ ਨਹੀਂ ਫੇਰ ਉਹ ਇੱਕ ਥਾਈ ਰਹਿ ਗਿਆ ਜਿੱਥੇ ਉਹ ਭੇਜਣਗੇ ਉਹਦੇ ਤੇ ਭੇਜਣਗੇ ਜਿਹੜਾ ਤੰਗ ਕਰਦਾ ਹ ਹ ਸੋ ਪਹਿਲੀ ਗੱਲ ਹੈ ਕਿ ਹੈ ਪੇਸ਼ੈਂਸ ਸ਼ਾਂਤੀ ਕੋਈ ਵੀ ਤਰੀਕੇ ਜਿੰਨੇ ਵੀ ਤਰੀਕੇ ਅਸੀਂ ਸਿਖਾਉਨੇ ਆ ਫੈਮਿਲੀਜ਼ ਨੂੰ ਸ਼ਾਂਤ ਰਹਿਣਾ ਜਿਹੜਾ ਨਸ਼ਾ ਸ਼ਰਾਬ ਵਾਲਾ ਹੈਗਾ ਉਹਨੂੰ ਸ਼ਾਂਤ ਹੋ ਕੇ ਬੋਲਣਾ ਪੈਂਦਾ ਜੇ ਤੁਸੀਂ ਸ਼ਾਂਤ ਹੋ ਕੇ ਨਹੀਂ ਬੋਲਦੇ ਉਹ ਸਾਡੇ ਤੇ ਉਲਟ ਕਰ ਦਿੰਦੇ ਆ ਮੈਂ ਤੁਹਾਡੇ ਕਰਕੇ ਰਿਲੈਕਸ ਹੋ ਗਿਆ ਮੈਂ ਤੁਹਾਡੇ ਕਰਕੇ ਕੀ ਤਾੜ ਦੇ ਕਰਕੇ ਹੁਣ ਉਹਦੇ ਇੱਕ ਬਾਨਾ ਬਣ ਜਾਂਦਾ ਤੁਸੀਂ ਗੁੱਸੇ ਮੇਰੇ ਨਾਲ ਮੈਂ ਫਿਰ ਆ ਕਰੂੰਗਾ ਵਖਾ ਕੇ ਸੋ ਸਭ ਤੋਂ ਪਹਿਲੀ ਗੱਲ ਹੈਗੀ ਹੈ ਸ਼ਾਂਤੀ ਵਿੱਚ ਆ ਕੋਈ ਸ਼ਾਂਤ ਹੋਣਾ ਜੇ ਪੰਜਾਬੀ ਸਿੱਖ ਹੈ ਮੈਂ ਉਹ ਕੀ ਫੈਮ ਜੀ ਮੈਂ ਦੱਸਦਾ ਤੁਸੀਂ ਆਪ ਦਾ ਸੁਖਮਨੀ ਸਾਹਿਬ ਕਰ ਲਓ ਉਹ ਬਹੁਤ ਵਧੀਆ ਬਣੀ ਹੈ ਕਿ ਸ਼ਾਂਤ ਹੋਣ ਵਾਸਤੇ ਜੇ ਕੋਈ ਹੋਰ ਤਰਮਦਾ ਹੈਗਾ ਬਹੁਤ ਪਾਠ ਪੂਜਾ ਮੰਤਰ ਤਰੀਕੇ ਹੈਗੇ ਸ਼ਾਂਤ ਹੋਣ ਪਰ ਜੇ ਫੈਮਿਲੀ ਸ਼ਾਂਤ ਨਹੀਂ ਹੁੰਦੀ ਉਹ ਸਾਰ ਨਹੀਂ ਸਕਦੇ ਬੰਦੇ ਦਾ ਲੇਡੀਜ਼ ਵੀ ਨਸ਼ਾ ਕਰਦੀਆਂ ਸ਼ਰਾਬ ਕਰਦੀਆਂ ਪਰ ਜਿਆਦਾ ਬੰਦੇ ਕਰਦੇ ਆ ਪਰ ਪੇਸ਼ੈਂਟ ਦਾ ਹਰਕਤ ਆ ਉਹ ਸਾਰ ਨਹੀਂ ਸਕਦੇ ਉਹ ਗੁੱਸੇ ਹੋ ਜਾਂਦੇ ਆ ਤੇ ਉਹ ਗੁੱਸੇ ਬਿਮਾਰੀ ਨੂੰ ਵਧਾਉਂਦੀ ਹੈ ਠੀਕ ਹੈ ਸੋ ਪਹਿਲੀ ਚੀਜ਼ ਹੈਗੀ ਹੈ ਸ਼ਾਂਤ ਹੋਣਾ ਕਾਤੋਂ ਸ਼ਾਂਤ ਹੋਣਾ ਕਿਉਂਕਿ ਇਹ ਲੰਬਾ ਸਫ਼ਰ ਹੈ ਹਮ ਅਸੀਂ ਲੰਬਾ ਸਫ਼ਰ ਨਹੀਂ ਕਰ ਸਕਦੇ ਜਿਹੜੀਆਂ ਗੱਲਾਂ ਤੁਸੀਂ ਹੁਣੇ ਸੁਣਾਈਆਂ ਉਹ ਆਦਮੀ ਅੱਖ ਚੁੱਕ ਕੇ ਇਹੋ ਜਿਹੀ ਗੱਲਾਂ ਬੋਲਦਾ ਪਹਿਲਾਂ ਪੋਲੇ ਪੋਲੇ ਉਹ ਬੇਟੇ ਜੀ ਇਹ ਦੁੱਧ ਪੀ ਲੋ ਤੁਸੀਂ ਨਸ਼ਾ ਵਿਸ਼ਰਦੋ ਕਾਤੋਂ ਇਹ ਗੱਲਾਂ ਤਾਂ ਹੋ ਗਈਆਂ ਹਾਂ ਜਦੋਂ ਕਰੜਾ ਪਿਆਰ ਬਾਹਰ ਹੋਣ ਲੱਗ ਜਾਂਦਾ ਆਦਮੀ ਜਸ ਅੱਕ ਜਾਂਦਾ ਤੇ ਤੁਹਾਨੂੰ ਪਤਾ ਸਭ ਤੋਂ ਵੱਡੀ ਪ੍ਰੋਬਲਮ ਟਰੈਜੇਡੀ ਕਿਹ ਲੋਗ ਹੈ ਗਿਆ ਜਦੋਂ ਆਦਮੀ ਰਿਕਵਰੀ ਵਿੱਚ ਉਹ ਆ ਗਿਆ ਆ ਗਿਆ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਗਿਆ ਉਹ ਤੇ ਡੇਲੀ ਜਾਂਦਾ ਸਾਰਾ ਕੁਝ ਕਰਦਾ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਉਹਨਾਂ ਨੂੰ ਪਿਆਰ ਦਾ ਘਾਟ ਮਹਿਸੂਸ ਹੁੰਦਾ ਪਿਆਰ ਫੈਮਲੀ ਦਾ ਪਿਆਰ ਉਦੋਂ ਚਾਹੀਦਾ ਜਦੋਂ ਆਦਮੀ ਉੱਠਣਾ ਚਾਹੁੰਦਾ ਪ੍ਰੋਬਲਮ ਚ ਠੀਕ ਹੈ ਪਰ ਕਿਹ ਵਾਰੀ ਪਿਆਰ ਮੁੱਕ ਜਾਂਦਾ ਹਰਕਤਾਂ ਦੇ ਵਿੱਚ ਠੀਕ ਹੈ ਤੇ ਜਦੋਂ ਉਹ ਠੀਕ ਹੋਣ ਨੂੰ ਹੁੰਦਾ ਉਹ ਫੈਮਲੀ ਆਕ ਚੋ ਆਕ ਗਏ ਉਹ ਕਹਿੰਦੇ ਦਫਾ ਹੋ ਅਸੀਂ ਨਹੀਂ ਤੇਰੇ ਨਾਲ ਕੁਝ ਕਰਨਾ ਪਰ ਮੈਂ ਉਹ ਹੁਣ ਠੀਕ ਵੀ ਕਰਦਾ ਸੋ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਜੇ ਕੋਈ 20 ਸਾਲ ਵਸਤੇ ਆਫ ਦਾ ਫੈਮਲੀ ਮੈਂਬਰ ਦੇ ਨਾਲ ਹੁੰਦਾ ਉਹ ਅੱਕਿਆ ਹੋਇਆ ਹੁੰਦਾ ਜੇ ਉਹ ਆਪ ਦੇ ਆਪ ਨੂੰ ਸ਼ਾਂਤ ਕੋਈ ਤਰੀਕੇ ਨਹੀਂ ਲੱਭਦਾ ਤੇ ਮਾ ਸ਼ਾਂਤ ਮੈਂ ਇਹ ਗੱਲ ਸੁਣੀ ਹੈ ਮੈਂ ਸ਼ਾਂਤ ਹੋਗਾ ਜਦੋਂ ਉਹ ਨਸ਼ਾ ਛੱਡ 19 ਅੱਡੇ ਠੀਕ ਹੈ ਪਰ ਉਹਨੇ ਨਸ਼ਾ ਛੱਡਣਾ ਨਹੀਂ ਜਦਨ ਤੱਕ ਤੁਸੀਂ ਸ਼ਾਂਤ ਹੋਗੇ ਫਿਰ ਅਸੀਂ ਇਹ ਪੰਗਾ ਬਾਤ ਬਾਤ ਇਹ ਚੱਲਦਾ ਹੈ ਹੈਨਾ ਸਰਕੂਲਰ ਹੋ ਜਾਂਦਾ ਸੋ ਮੈਂ ਜੇ ਜੇ ਪਰਵਾਰ ਮੇਰੇ ਕੋਲ ਹੁੰਦੇ ਜੋ ਸਿਆਣੇ ਐ ਮੈਂ ਉਹਨਾਂ ਨੂੰ ਮੈਂ ਦੱਸ ਦਵਾਂਗਾ ਵੇਖੋ ਤੁਸੀਂ ਆ ਚੀਜ਼ਾਂ ਕਰ ਲੋ ਉਹਨੇ ਪ੍ਰੋਗਰਾਮ ਕਰਨਾ ਹੈ ਉਸੀ ਆਪ ਦਾ ਕੰਮ ਕਰੋ ਉਹ ਆਪ ਦਾ ਕੰਮ ਕਰੋ ਉਹਨਾਂ ਦੀ ਮਿਹਨਤ ਬਹੁਤ ਵੱਡੀ ਹੈ ਉਹਨਾਂ ਨੂੰ ਹਰ ਚੀਜ਼ ਜਿਹੜੇ ਉਹਨਾਂ ਨੇ ਕੁਝ ਤਾਂ ਮਾੜਾ ਕੀਤਾ ਤੇ ਬਹੁਤ ਕੀਤਾ ਹੁੰਦਾ ਉਹ ਮੰਨਣਾ ਪੈਂਦਾ ਮਾਫੀ ਬਹੁਤ ਬਹੁਤ ਚੀਜ਼ਾਂ ਕਰਨੀਆਂ ਪੈਂਦੀਆਂ ਉਹਨਾਂ ਨੂੰ ਠੀਕ ਹੋਣ ਲਈ ਫੈਮਿਲੀਜ਼ ਨੂੰ ਕੱਟ ਕਰਨਾ ਪੈਂਦਾ ਪਰ ਉਹਨਾਂ ਨੂੰ ਕਰਨਾ ਪੈਂਦਾ ਕਰਨਾ ਪੈਂਦਾ ਜੇ ਉਹ ਪੇਸ਼ੈਂਟ ਦੀ ਮਦਦ ਕਰਨਾ ਚਾਹੁੰਦੇ ਆ ਦੂਜੀ ਗੱਲ ਹੈਗੀ ਹੈ ਸੋ ਇੱਕ ਹੈਗਾ ਸ਼ਾਂਤੀ ਦੂਜਾ ਹੈਗੀ ਹੈ ਬਾਉਂਡਰੀਜ਼ ਨਸ਼ਾ ਸ਼ਰਾਬ ਦਾ ਬੰਦਾ ਉਹ ਉਹਨੇ ਸਹੀ ਨਹੀਂ ਐਕਟ ਕੀਤਾ ਉਹਨੇ ਉਹਨੇ ਵਾਈਫ ਨੂੰ ਘੁਟਨਾ ਉਹਨੇ ਉਹਨੇ ਇਲੈਗਲ ਕੰਮ ਕਰਨੇ ਆ ਉਹਨੇ ਆ ਆ ਜੌਬ ਬੰਦ ਕਰਦੇ ਉਹਨੇ ਪੈਸੇ ਸਿੱਟਨੇ ਆ ਖਰਾਬ ਵੀ ਕੰਮ ਕਰਦਾ ਜਦੋਂ ਆਪਣੀ ਬਾਲਾ ਸ਼ਰਾਬ ਬਿਨ ਤੇ ਨਸ਼ਾ ਕਰਦਾ ਖਰਾਬ ਲੋਕ ਲੈ ਹੁੰਦਾ ਕਰੇ ਤੇ ਬਾਉਂਡਰੀਜ਼ ਵੀ ਚਾਹੀਦੀਆਂ ਪਿਆਰ ਆ ਲੀਆਂ ਜਦੋਂ ਆਸੀ ਕਿਸੇ ਦੇ ਮਾੜੀਆਂ ਐਕਸ਼ਨ ਜੇ ਕੋ ਜੇ ਸਮਝ ਲੋ ਜੇ ਕੋਈ ਮੇਰੇ ਕੋਲ ਨਾ ਕੋਨ ਦਾ ਮੈਨੂੰ ਗਾਲਾਂ ਕੱਢਦਾ ਤੇ ਮੈਂ ਕਿਹਾ ਨਹਾਂ ਜੀ ਹਾਂ ਜੀ ਮੈਂ ਹਾਂ ਜੀ ਹਾਂ ਜੀ ਹਾਂ ਜੀ ਕਰਦਾ ਉਹਨੇ ਕਿ ਸਖਣਾ ਵੀ ਟੀਚ ਅਦਰਸ ਹਾਊ ਟੂ ਟਰੀਟ ਅਸ ਅਸੀਂ ਦੂਜੇ ਨੂੰ ਸਿਖੋਣਾ ਪੈਂਦਾ ਮੇਰੇ ਨਾਲ ਕਿਵੇਂ ਵਰਤਣਾ ਮੈਨੂੰ ਹੀ ਸਿਖੋਣਾ ਪੈਣਾ ਉਹਨਾਂ ਨੂੰ ਕੋਈ ਹੋਰ ਨਹੀਂ ਸਿਖਾ ਸਕਦਾ ਉਹਨਾਂ ਦੀ ਮਾਂ ਨਹੀਂ ਸਿਖਾ ਸਕਦੀ ਮੈਨੂੰ ਸਿਖਾਉਣਾ ਪੈਣਾ ਮੇਰੀ ਜ਼ਿੰਮੇਵਾਰੀ ਏ ਮੇਰੇ ਨਾਲ ਕਿਸੇ ਦਿਨਾਂ ਸੰਬੰਧ ਮੇਰੇ ਜ਼ਿੰਮੇਵਾਰੀ ਹੈਗੀ ਹੈ ਉਹਨੂੰ ਦੱਸਣਾ ਮੇਰੇ ਨਾਲ ਕਿਵੇਂ ਵਰਤਣਾ ਹੈ ਠੀਕ ਹੈ ਵੇਖੋ ਮੇਰੇ ਨਾਲ ਗਾਲ ਨਹੀਂ ਕੱਢਣੀ ਅੱਛਾ ਜੇ ਮੈਂ ਨਹੀਂ ਦੱਸ ਤੋ ਉਹਨੇ ਬਾਰ-ਬਾਰ ਹੋਰ ਗਾਲ ਕੱਢਣੀ ਹੈ ਹਾਂ ਸੋ ਫੈਮਲੀਆਂ ਡੂ ਬਾਉਂਡਰੀਜ਼ ਬਨੋਣੀਆਂ ਪੈਂਦੀਆਂ ਤੂੰ ਇੱਥੇ ਨਸ਼ਾ ਨਹੀਂ ਲਿਆ ਸਕਦਾ ਜੇ ਕਰਨੇ ਬਾਰ ਕਰ ਇੱਥੇ ਸਾਡੇ ਘਰ ਹੈ ਬੱਚੇ ਹੈਗੇ ਆ ਤੂੰ ਇੱਥੇ ਨਹੀਂ ਕਰਨਾ ਹੂੰ ਤੇ ਜੇ ਤੂੰ ਕਰੂਗਾ ਮੈਂ ਇਹ ਐਕਸ਼ਨ ਲਵਾਂਗੀ ਹੂੰ ਮੈਂ ਪੁਲਿਸ ਨੂੰ ਕਾਲ ਕਰੂੰਗਾ ਮੈਂ ਛਾਲ ਸਰਵਿਸਿਜ਼ ਨੂੰ ਕਾਲ ਕਰੂੰਗਾ ਮੈਂ ਕੋਈ ਐਕਸ਼ਨ ਲਵਾਂਗਾ ਮੈਂ ਮਾਮਾ ਜੀ ਨੂੰ ਕਾਲ ਕਰੂੰਗਾ ਤੇ ਕਰਨਾ ਜਰੂਰ ਠੀਕ ਹੈ ਇਹ ਜੈਸੀ ਕੋਈ ਬੰਦੇ ਨੂੰ ਦੱਸਦੇ ਆਂ ਹਾਂ ਮੈਂ ਫੋਨ ਕਾਲ ਕਰਦੇ ਆਂ ਪਰ ਨਹੀਂ ਕਰਦੇ ਉਹਨਾਂ ਦੇ ਮਨ ਵਿੱਚ ਕੋ ਉਸ ਸਿੱਖ ਗਿਆ ਇਹ ਬੰਦੇ ਨੂੰ ਮੈਂ ਤੱਕਾ ਮਾਰ ਸਕਦਾ ਬੱਚਿਆਂ ਵਾਂਗੀ ਆ ਫੇ ਬੱਚਿਆਂ ਵਾਂਈ ਹੈ ਤੇ ਉਹਨੇ ਤੱਕਾ ਮਾਰਨਾ ਉਹਨਾਂ ਨੇ ਟੈਸਟ ਕਰਨਾ ਹੀ ਕਰਨਾ ਇਹ ਬਿਮਾਰ ਇਹ ਵੀ ਪਾਰਟ ਆਫ ਬਿਮਾਰੀ ਹੈ ਤੇ ਜੇ ਅਸੀਂ ਸਹੀ ਰਿਸਪਾਂਸ ਨਹੀਂ ਦਿੰਦੇ ਫੇ ਉਹ ਗੱਲ ਬਣ ਜਾਂਦੀ ਅਸੀਂ 20 ਸਾਲ ਅਕੂ ਜਨ ਨੇ ਅਸੀਂ ਪੋਲਾ ਪੋਲਾ ਹੋ ਕੇ ਤੇ ਫਿਰ ਜਦੋਂ ਉਹ ਐਕਚੁਅਲੀ ਨਿਕਲਣਾ ਚਾਹੁੰਦਾ ਅਸੀਂ ਅੱਕ ਗਏ ਹਾਂ ਤੇ ਫਿਰ ਉਹ ਦਾ ਟ੍ਰੀਟਮੈਂਟ ਪ੍ਰੋਗਰਾਮ ਜ਼ਿਆਦਾ ਟਾਈਮ ਲੱਗਦਾ ਠੀਕ ਹੈ ਸੋ ਟ੍ਰੀਟਮੈਂਟ ਜਦੋਂ ਰਿਕਵਰੀ ਦਾ ਕੋਈ ਲੇਅਰਆ ਹੋਵੇ ਕਿਸੇ ਅਜਿਹੇ ਰਾਹ ਦੇ ਉੱਤੇ ਕਿ ਜਿੱਥੇ ਉਹ ਠੀਕ ਹੋਣਾ ਚਾਹ ਰਿਹਾ ਹੈ ਉਸ ਪੇਸ਼ੀਐਂਟ ਦੇ ਨਾਲ ਜੇਕਰ ਫੈਮਿਲੀ ਪਰਿਵਾਰ ਦਾ ਸਹਿਯੋਗ ਹੈਗਾ ਤਾਂ ਡਾਕਟਰ ਸਾਹਿਬ ਕਹਿੰਦੇ ਕਿ ਉਹ ਛੇਤੀ ਠੀਕ ਹੋ ਸਕਦੇ ਡਾਕਟਰ ਸਾਹਿਬ ਅਸੀਂ ਕੁਝ ਬਾਉਂਡਰੀਜ਼ ਦੀ ਗੱਲ ਕਰ ਰਹੀ ਸੀ ਜਿੱਥੇ ਅਸੀਂ ਕਹਿ ਰਹੇ ਹਾਂ ਫੈਮਿਲੀ ਦੀ ਸਪੋਰਟ ਦੀ ਲੋੜ ਆ ਉੱਥੇ ਹੀ ਪੇਸ਼ੀਐਂਟ ਦੇ ਨਾਲ ਕੋ-ਐਗਜ਼ਿਸਟ ਕਰਦੇ ਹੋયા ਹਨ ਉਹਨਾਂ ਦੀ ਹੈਲਪ ਕਰਦੇ ਹੋયા ਹਨ ਕੁਝ ਬਾਉਂਡਰੀਜ਼ ਵੀ ਡਿਫਾਈਨਡ ਹੋਣੀਆਂ ਚਾਹੀਦੀਆਂ ਨੇ ਹਮ ਅਸਲਚ ਬਾਉਂਡਰੀਜ਼ ਕੀ ਹੁੰਦੀਆਂ ਬਾਉਂਡਰੀਜ਼ ਹੈ ਕਿ ਤੁਸੀਂ ਮੈਨੂੰ ਐਵੇਂ ਟਰੀਟ ਕਰ ਸਕਦੇ ਆ ਮੇਰੇ ਨਾਲ ਐਵੇਂ ਵਰਤ ਸਕਦੇ ਤੇ ਐਵੇਂ ਨਹੀਂ ਵਰਤ ਸਕਦੇ ਲਿਮਟ ਹੁੰਦਾ ਹਨਾ ਉਹ ਕੀ ਹੁੰਦਾ ਉਹ ਵੱਖਰਾ ਹੁੰਦਾ ਹਰ ਆਦਮੀ ਵਿੱਚ ਹਰ ਵੱਖਰਾ ਸੰਬੰਧ ਦੇ ਵਿੱਚ ਤੇ ਜਦੋਂ ਐਡਿਕਸ਼ਨ ਫੈਮਲੀ ਵਿੱਚ ਹੁੰਦੀ ਹੈ ਸਾਰਾ ਬਾਉਂਡਰੀ ਵਾਲਾ ਸਿਸਟਮ ਖਰਾਬ ਹੋਇਆ ਹੋਇਆ بگੜਿਆ ਹੋਇਆ ਸੋ ਉਹਦੀ ਅਡਜਸਟਮੈਂਟ ਚਾਹੀਦੀ ਹੈ ਕਿਉਂਕਿ ਇਹ ਬੰਦਾ ਹੁਣ ਬਾਹਰ ਆ ਕੇ ਟਰੀਟਮੈਂਟ ਲੈ ਕੇ ਜੈਸੀ ਉਹਨੂੰ ਉਹੀ ਸਿਸਟਮ ਵਿੱਚ ਵਾਪਸ ਵਾਰਦਾ ਉਹਦੀ ਟੈਨਸ਼ਨ ਉੱਪਰ ਜਾਵੜੀ ਉਹ ਰਿਲਾਪਸ ਹੋ ਜਾਂਦਾ ਸੋ ਇਹ ਜ਼ਰੂਰੀ ਗੱਲ ਹੈ ਸੋ ਮੈਂ ਥੋੜੀਆਂ ਗੱਲਾਂ ਸਾਂਝੀ ਕਰਨੀਆਂ ਆਦਮੀ ਟਰੀਟਮੈਂਟ ਕਰ ਤੋਂ ਲੰਦਾ ਸੋ ਅਸੀਂ ਨੋਰਮ ਨੋਰਮ ਸੈਂਟਰ ਤਕਰੀਬਨ ਲੋਕੀ ਜਾਣਨ ਲੱਗ ਪਏ ਅਸੀਂ ਹੈਗੇ ਆ ਸਾਡੇ ਕੋਲੇ ਹੁੰਦੇ ਆ ਕਿ ਕਾਤੋਂ ਜਦੋਂ ਕੋਈ ਕਿਸੇ ਦਾ ਟਰੱਕ ਦਾ ਲਾਇਸੈਂਸ ਖਤਰੇ 'ਚ ਹਾਂ ਨਾ ਨਸ਼ਾ ਬਹੁਤ ਚੱਲਦਾ ਲੋਕਾਂ ਨੂੰ ਪਤਾ ਹੈ ਨਾਮ ਸੈਂਟਰ ਵਿੱਚ ਅਸੀਂ ਕਾਫੀ ਲੰਮਾ ਪ੍ਰੋਗਰਾਮ ਕਰਉਂਦੇ ਹਾਂ ਕਿਉਂਕਿ ਟਰੱਕ ਜਿਹੜੇ ਚਲਾਉਂਦੇ ਉਹ ਸਾਰੀਆਂ ਨਹੀਂ ਲਾਈਫ ਸੇਫਟੀ ਵਿੱਚ ਕਾਤਰੇ ਚ ਪਾ ਦਿੰਦੀਆਂ ਸੋ ਮੈਂ ਬਹੁਤ ਸੀਰੀਅਸ ਹਾਂ ਨਾ ਟਰੱਕ ਵਾਲੇ ਜੇ ਕੋਈ ਲਾਇਸੈਂਸ ਤੇ ਰਿਸਕ ਹੈ ਨਾ ਉਹ ਡਰਾਈਵ ਨਹੀਂ ਕਰ ਸਕਦਾ ਡਰੰਕ ਡਰਾਈਵਿੰਗ ਦਾ ਕੁਝ ਹੋ ਗਿਆ ਜਾਂ ਜੇਲ ਤੋਂ ਹੁੰਦੇ ਹੈ ਜਾਂ ਉਹ ਹਸਪੀਟਲ ਤੋਂ ਹੁੰਦੇ ਆ ਜਾਂ ਉਹ ਚਾਈਲਡ ਫੈਮਲੀ ਸਰਵਿਸਸ ਤੋਂ ਹੁੰਦੇ ਆ ਜਾਂ ਪੁਲਸ ਤੋਂ ਹੁੰਦੇ ਆ ਇਹ ਇਹ ਕਾਰਨ ਹੁੰਦੇ ਆ ਬਹੁਤ ਥੋੜੇ ਹੁੰਦੇ ਆ ਜਸਟ ਉਹ ਮੈਂ ਸੋਚਦਾ ਸੀ ਮੈਂ ਨਸ਼ਾ ਬੰਦ ਕਰ ਚਾਹ ਉਹਨਾਂ ਨੇ ਉਹਨਾਂ ਦੀ ਇੰਨੀ ਅਕਲ ਹੈਗੀ ਆ ਉਹ ਸਾਡੇ ਕੋਲੇ ਤਾਂ ਨਹੀਂ ਹੁੰਦੇ ਉਹ ਫੈਮਲੀ ਡਾਕਟਰ ਕੋਲੇ ਸਲਾਹ ਲੈ ਕੇ ਜਾਂ ਉਹਦੀ ਫੈਮਲੀ ਦੀ ਸੁਣਨਦੇ ਆ ਤੇ ਹਰ ਜਿੰਦੇ ਤੇ ਕਈ ਇਸ ਤਰ੍ਹਾਂ ਵੀ ਹੈਗੇ ਆ ਠੀਕ ਹੈ ਪਰ ਜਦੋਂ ਪਾਫੀ ਬਿਮਾਰੀ ਹੈ ਮੈਂ ਸਭ ਤੋਂ ਵੱਡੀ ਗੱਲ ਮੈਂ ਵੇਖੀ ਹੈ ਜਿਹੜੀ ਵਦੋਂ ਦੀ ਹੈ ਟ੍ਰੀਟਮੈਂਟ ਟਾਈਮ ਤੇ ਨਾ ਉਹ ਹੁੰਦਾ ਜਦੋਂ ਫੈਮਲੀ ਪੁਲਸ ਨੂੰ ਨਹੀਂ ਕਾਲ ਕਰਨਾ ਚਾਹੁੰਦੀ ਬੰਦਾ ਕੁੱਟਦਾ ਵਾਈਫ ਸਾੜਦੀ ਉਹ ਕਹਿੰਦੀ ਚਲੋ ਐਵੇਂ ਹੀ ਆ ਜਾਂ ਉਹ ਹਟ ਜੂਗਾ ਕੱਲ ਨੂੰ ਜਾਂ ਉਹ ਜਿਹੜੀ ਸਿਚੁਏਸ਼ਨ ਉਹ ਬਹੁਤ ਹੈ ਸਾਡੀ ਕਮਿਊਨਿਟੀ ਵਿੱਚ ਤੇ ਉਹਦੇ ਨਾਲ ਕੀ ਹੁੰਦਾ ਵਾਈਫ ਕੁਛ ਕਰਦੀ ਨਹੀਂ ਉਹ ਕਾਲ ਨਹੀਂ ਕਰਦੀ ਕਾਤੋਂ ਈ ਕਾਲ ਕਰਦੀ ਉਹਦੇ ਮਨ ਵਿੱਚ ਇਹ ਗੱਲ ਹੁੰਦੀ ਹੈ ਲੋਕੀ ਕੀ ਕਹਿਣਗੇ ਸਪੈਸੀਫਿਕਲੀ ਮੇਰੇ ਇਨ-ਲਾਸ ਕੀ ਕਹਿਣਗੇ ਮੇਰੇ ਇਨ-ਲਾਸ ਕੀ ਬੋਲਣਗੇ ਬੰਦਾ ਡਰੰਕ ਹੈ ਅਨ ਸੇਫ ਹੈ ਬੱਚਿਆਂ ਦੇ ਖਤਰਾ ਹੈ ਉਹ ਫਿਕਰ ਕਰਦੀ ਹੈ ਸ਼ਾਇਦ ਬੱਚੇ ਚੱਲਣਗੇ ਜਾਂ ਕੋਈ ਇਹਨੂੰ ਜੈ ਇਹਨੂੰ ਚਾਰजेस ਲੱਗ ਗਏ ਸ਼ਾਇਦ ਇਹਦੇ ਕਰਕੇ ਕੋਈ ਪ੍ਰੋਬਲਮ ਹੁੰਦੀ ਹੈ ਐਕਚੁਅਲੀ ਉਹਦੇ ਕਰਕੇ ਲਾਜ ਹੁੰਦਾ ਮੈਂ ਜਸਟ ਦੋ ਦੋਕ ਮਹੀਨੇ ਪਹਿਲਾਂ ਮੈਂ ਓਵਰਨਾਈਟ ਸ਼ਿਫਟ ਲਾਇਆ ਸੀ ਕੈਲਗਰੀ ਪੁਲਿਸ ਨਾਲ ਤੇ ਵਧੀਆ ਕਨਸਟੇਬਲ ਡਿਸਟ੍ਰਿਕਟ 5 ਦੇ ਵਿੱਚ ਪੁਲਿਸ ਉੱਥੇ ਹੈਲਪ ਕਰਨ ਜਾਂਦੇ ਆ ਇਹ ਇੰਡੀਆ ਅਲੀ ਥੋੜੀ ਗੱਲ ਹੈ ਇੱਥੇ ਪੁਲਿਸ ਹੈਲਪ ਕਰਨ ਉਹਨਾਂ ਦੇ ਮਨ ਵਿੱਚ ਇਹ ਹੈ ਅਸੀਂ ਇਹ ਹੈਲਪ ਕਿਵੇਂ ਕਰੀਏ ਕੋਈ ਮਰਜ਼ੀ ਦਿਨ ਸਾਡੇ ਕੋਲ ਲਾਰਜ ਡੂੰਗਾ ਨਹੀਂ ਕਰਨਾ ਕਰਨਾ ਚਾਹੁੰਦਾ ਪੁਲਿਸ ਆ ਗਈ ਹੈ ਨਾ ਠੀਕ ਪੁਲਿਸ ਆ ਗਈ ਘਰ ਉਹਨਾਂ ਨੂੰ ਯੰਗ ਬੱਚੇ ਵੇਖਲੇ ਉਹਨਾਂ ਨੇ ਕਹਿਣਾ ਹਾਂ ਇਹ ਰਿਸਕ ਅਸੈਸਮੈਂਟ ਚਾਹੀਦਾ ਉਹਨਾਂ ਨੇ ਚਾਈਲਡ ਫੈਮਿਲੀ ਸਰਵਿਸਿਜ਼ ਨੂੰ ਫੋਨ ਕਰ ਲੈਣਾ ਚਾਈਲਡ ਫੈਮਿਲੀ ਸਰਵਿਸਿਜ਼ ਕੀ ਕਰਦੀ ਹੈ ਉਹ ਕਰਨ ਨੂੰ ਪਾਰਟਨ ਨਹੀਂ ਚਾਹੁੰਦੇ ਉਹਨੂੰ ਉਹਨੇ ਕਹਿਣਾ ਜਾਂ ਤੂੰ ਬੰਦਾ ਜੇ ਬੰਦਾ ਅਬਿਊਜ਼ ਕਰਦਾ ਜਾਂ ਤੂੰ ਜਾਣਾ ਜਾਂ ਬੱਚੇ ਜਾਣਗੇ ਤੁਸੀਂ ਡਿਸਾਈਡ ਕਰੋ ਫਿਰ ਉਹ ਬੰਦਾ ਨਿਕਲ ਜਾਊਗਾ ਤੇ ਉਹਨਾਂ ਨੇ ਉਹਦੇ ਤੇ ਕੰਡੀਸ਼ਨ ਲਾ ਦਿੰਨਾ ਤੂੰ ਵਾਪਸ ਨਹੀਂ ਆ ਸਕਦਾ ਜਿੰਨਾ ਚਿਰ ਤੂੰ ਟ੍ਰੀਟਮੈਂਟ ਨਹੀਂ ਲੈਂਦਾ ਓਕੇ ਤੇ ਉਹ ਬੰਦਾ ਫਿਰ ਸਾਡੇ ਕੋਲੇ ਆਉਂਦਾ ਉਹਨੂੰ ਡਿਫਰੈਂਸ ਇਸ ਤਰ੍ਹਾਂ ਸਮਝਾਉਂਦੇ ਆਂ ਵੇਖੋ ਅਸੀਂ ਅਲਾਜ ਨਹੀਂ ਕਰ ਸਕਦੇ ਅਮਚਰ ਨਹੀਂ ਬੋਲਣਾ ਚਾਹਾਂ ਸਮਝੇ ਜੇ ਤੂੰ ਪ੍ਰੋਗਰਾਮ ਕਰੂੰਗਾ ਤੇ ਸਹੀ ਹੋਊਂਗਾ ਫਿਰ ਮੈਂ ਚਿੱਠੀ ਲਿਖੂੰਗਾ ਠੀਕ ਹੈ ਤੇ ਫੇਰ ਤੂੰ ਘਰੇ ਜਾ ਸਕਦਾ ਤੇ ਫਿਰ ਇਹ ਉਹਨਾਂ ਦੇ ਮਨ ਵਿੱਚ ਉਹਨਾਂ ਨੂੰ ਪ੍ਰੋਗਰਾਮ ਦੇ ਅੰਦਰ ਲਿਆ ਜਾਂਦੀ ਹੈ ਤੇ ਜਦੋਂ ਉੱਥੇ ਆਉਂਦੇ ਆ ਫਿਰ ਅਸੀਂ ਸ਼ਾਂਤ ਹੋਣ ਦੇ ਤਰੀਕੇ ਸਿਖਾਉਂਦੇ ਆ ਅਸੀਂ ਉਹਨਾਂ ਨੂੰ ਜ਼ਿੰਦਗੀ ਵਿਖਾਉਂਦੇ ਜਿਹੜੇ ਉਹਨਾਂ ਨੇ ਕਦੇ ਵੇਖੀ ਨਹੀਂ ਹਾਂ ਇਹ ਜਿਹੜੇ ਬੰਦੇ ਨਸ਼ਾ ਕਰਦੇ ਉਹ ਟੈਨਸ਼ਨ ساری ਉਮਰ ਚ ਉਹਨਾਂ ਨੇ ਕਦੇ ਸ਼ਾਂਤ ਮੌਕਾ ਵੀ ਨਹੀਂ ਵੇਖਿਆ ਹਾਂ ਹਾਂ ਪਰ ਅਸੀਂ ਸਭ ਤੋਂ ਵਧੀਆ ਕਰ ਤੋਂ ਪਰਵੇਂ ਪੈਸੇ ਆਂ ਤੋਂ ਪਰਵੇਂ ਕੋਸ਼ਿਸ਼ ਵੀ ਉਹ ਬਚਪਨ ਤੋਂ ਡਿਸਟਰਬ ਹੁੰਦੇ ਆ ਤੇ ਜਦੋਂ ਉਹਨਾਂ ਨੂੰ ਸ਼ਾਂਤੀ ਦਾ ਸਵਾਦ ਆ ਜਾਂਦਾ ਉਹ ਫਿਰ ਮੰਗਣਾ ਚਾਹੁੰਦੇ ਆ ਉਹ ਹੋਰ ਆਦਮੀ ਦੇ ਨਾਲ ਗੱਲਾਂ ਬਾਤਾਂ ਕਰਨ ਲੱਗਦੇ ਆ ਉੱਥੇ ਸੈਂਟਰ ਦੇ ਵਿੱਚ ਤੇ ਹੌਲੀ ਹੌਲੀ ਉਹ ਨਿਕਲਣਾ ਚਾਹੁੰਦੇ ਆ ਖੁਦ ਆਪ ਆਪੇ ਪਰ ਸ਼ੁਰੂ ਕਿੱਥੋਂ ਹੋ ਗਿਆ ਪੁਲਿਸ ਕਾਲ ਤੋਂ ਹਾਂ ਸੋ ਜੇ ਇਨ ਲਾਜ਼ ਕੈਨ ਗੇ ਵਾਈਫ ਨੂੰ ਹਾਂ ਤੂੰ ਫੋਨ ਕਰ ਲਿਆ ਕਰ ਪੁਲਿਸ ਜੇ ਉਹ ਬਾਹਰ ਤੰਗ ਕਰਦਾ ਕਾਲ ਕਰ ਲਾ ਸਪੋਰਟ ਕਰੋ ਉਹਦੀ ਹਾਂ ਸ਼ਾਇਦ ਉਹ ਬੰਦੇ ਨੇ ਛੇਤੀ ਆਜਣਾ ਸ਼ਾਇਦ ਉਹ ਬੰਦੇ ਦੇ ਨੇ ਡੋਮੈਸਟਿਕ ਵਾਇਲੈਂਸ ਸਵੀਅਰ ਤੇ ਨਹੀਂ ਹੁੰਦੇ ਚਾਰਜ ਮਤਲਬ ਲਾਈਕ ਜੇਲ ਜਾਣਾ ਜਾਂ ਕਈ ਵਾਰੀ ਮਰਦੇ ਹੁੰਦੇ ਆ ਲਾਈਕ ਡੋਮੈਸਟਿਕ ਵਾਇਲੈਂਸ ਲੀਥਲ ਹੁੰਦਾ ਕੋਈ ਲਾਈਕ ਸਟੈਬਿੰਗ ਜਾਂ ਗੋਲੀ ਜਾਂ ਕੁਝ ਹੋਰ ਹੈ ਨਾ ਪਰ ਉਹਦੇ ਤੋਂ ਪਹਿਲਾਂ ਬਹੁਤ ਸਾਲ ਪਹਿਲਾਂ ਛੋਟੀਆਂ ਗੱਲਾਂ ਤੋਂ ਸ਼ੁਰੂ ਹੋਇਆ ਜੇ ਉਸ ਮੌਕੇ ਤੇ ਰਿਪੋਰਟ ਜਾਂਦੀ ਪੁਲਸ ਉਨ ਦੇ ਇੰਟਰਵੈਂਸ਼ਨ ਹੁੰਦੀ ਹੋ ਸਕਦਾ ਉਹ ਬੰਦਾ ਸਾਰੀ ਪ੍ਰੋਬਲਮ ਚੋਂ ਨਿਕਲ ਜਾਂਦਾ ਰਾਈਟ ਫੈਮਿਲੀ ਬੜੇ ਸੋਚਦੇ ਆ ਕਿ ਇਹ ਤਾਂ ਹੁਣ ਗਲਤਾਨ ਹੋ ਗਏ ਅਸੀਂ ਇਹਨਾਂ ਦੀ ਹੈਲਪ ਕਰ ਦਈਏ ਅਸੀਂ ਡਾਕਟਰ ਗਿੱਲ ਨੂੰ ਜਾ ਕੇ ਮਿਲਾਂਗੇ ਡਾਕਟਰ ਗਿੱਲ ਨੂੰ ਕਹਾਂਗੇ ਕੋਈ ਦਵਾਈ ਦੇ ਦਿਓ ਤੇ ਉਹ ਠੀਕ ਹੋ ਜਾਏ ਅਸੀਂ ਦਵਾਈ ਦੇ ਕੇ ਠੀਕ ਕਰ ਲਈਏ ਇਹ ਫੈਮਿਲੀ ਦੀ ਅਪਰੋਚ ਕਈ ਵਾਰੀ ਹੁੰਦੀ ਹੈ ਹੂੰ ਸੋ ਡਿਪੈਂਡ ਕਰਦਾ ਜਿਹੜੀ ਡੂੰਗੀ ਨਸ਼ਾ ਸ਼ਰਾਬ ਦੀ ਪ੍ਰੋਬਲਮ ਹੈਗੀ ਹੈ ਲਾਈਕ ਦਵਾਈਆਂ ਥੋੜੀਆਂ ਬੋਤੀਆਂ ਹੈਗੀਆਂ ਸਪੈਸ਼ਲੀ ਜੇ ਓਪੀਓਇਡ ਜੇ ਫੀਮਸ ਨਸ਼ਾ ਹੈਗਾ ਉਹਦੇ ਨਾਲ ਸਟੇਬਲ ਹੋ ਜਾਂਦਾ ਪਰ ਜਿਆਦਾ ਆਦਮੀ ਜੇ ਉਹ ਜੋ ਉਹ ਨਹੀਂ ਚਾਹੁੰਦਾ ਇਹ ਬਹੁਤ ਹੁੰਦਾ ਫੈਮਿਲੀ ਕਹਿੰਦੀ ਹੈ ਉਹ ਕੰਪਲੇਨ ਕਰਦੇ ਪਰ ਉਹ ਮੰਨਦਾ ਨਹੀਂ ਘਰੇ ਹੀ ਰਹਿੰਦਾ ਆਉਂਦਾ ਨਹੀਂ ਸੋ ਮੈਂ ਪਹਿਲੀ ਗੱਲ ਮੈਂ ਕਹਿੰਨਾ ਜਦੋਂ ਉਹ ਫੈਮਲੀ ਆਉਂਦੀ ਹੈ ਇੱਕ ਵਿਜ਼ਿਟ ਦੇ ਨਾਲ ਕੋਈ ਇਲਾਜ ਨਹੀਂ ਹੁੰਦਾ ਸੋ ਸੋ ਕਈ ਵਾਰੀ ਫੈਮਲੀ ਚੋਂ ਦੀ ਹੈ ਜਿਵੇਂ ਇੰਡੀਆ ਵਿੱਚ ਡੀ ਐਡਿਕਸ਼ਨ ਇੱਥੇ ਤਾਰ ਤੋ ਠੀਕ ਹੋ ਕੇ ਬਾਹਰ ਆ ਜਾਂਦਾ ਹੂੰ ਹੂੰ ਹਾਂ ਇਹ ਨਾ ਉੱਥੇ ਸਹੀ ਹੁੰਦਾ ਨਾ ਇੱਥੇ ਉਹ ਤਰੀਕੇ ਦੇ ਨਾਲ ਕੋਈ ਨਹੀਂ ਸਹੀ ਹੁੰਦਾ ਇੱਕ ਕ੍ਰੋਨਿਕ ਡਿਜ਼ੀਜ਼ ਹੈ ਐਜ਼ ਅ ਹੋਲੀ ਹੋਲੀ ਕੰਮ ਕਰਨਾ ਪੈਂਦਾ ਸੋ ਜੇ ਬੰਦਾ ਨਹੀਂ ਮੰਨਦਾ ਮੈਂ ਕੀ ਕਰੂੰਗਾ ਮੈਂ ਕਹੂੰਗਾ ਓਕੇ ਹਾਂ ਤੁਸੀਂ ਪਹਿਲੀ ਚੀਜ਼ ਹੈ ਕਿ ਤੁਸੀਂ ਸ਼ਾਂਤ ਕਰਨਾ ਆਪ ਦੇ ਆਪ ਨੂੰ ਤੁਸੀਂ ਆਪ ਦੀ ਕਮਿਊਨੀਕੇਸ਼ਨ ਨੂੰ ਅਡਜਸਟ ਕਰਨਾ ਮੈਂ ਉਹ ਐਜੂਕੇਸ਼ਨ ਦੇਵਾਂਗਾ ਉਹਨਾਂ ਨੂੰ ਫਿਰ ਮੈਂ ਦੱਸੂਗਾ ਬਾਉਂਡਰੀ ਰੂਲ ਕਿਈ ਵਾਰੀ ਹਰ ਹਰ ਆਦਮੀ ਜਿਹੜਾ ਨਸ਼ਾ ਕਰਦਾ ਜਾਂ ਸ਼ਰਾਬ ਪੀਂਦਾ ਉਹਦੇ ਉਹ ਘਰੇ ਰਹਿੰਦਾ ਉਹਨੂੰ ਕੁਝ ਚੰਗਾ ਲੱਗਦਾ ਸੋ ਫੈਮਲੀ ਨੂੰ ਪਤਾ ਉਹਨੂੰ ਕੀ ਚੰਗਾ ਲੱਗਦਾ ਤੇ ਫੈਮਲੀ ਉਹਦੇ ਤੇ ਕੰਟਰੋਲ ਕਰ ਸਕਦੇ ਤੇ ਉਹਨੂੰ ਘਟਾ ਸਕਦੇ ਐਂਡ ਵਿੱਚ ਫੈਮਲੀ ਨੂੰ ਸ਼ਾਇਦ ਇਹ ਸਟੈਪ ਵੀ ਲੈਣਾ ਪੈਣਾ ਕਰਚੋਂ ਬਾਹਰ ਕੱਢਣਾ ਹਾਂ ਜੋ ਵੀ ਉਹਨਾਂ ਨੇ ਜਦੋਂ ਸ਼ਾਂਤ ਹੋ ਗਏ ਫੈਮਲੀ ਨੂੰ ਸ਼ਾਂਤੀ ਚਾਹੀਦੀ ਹੈ ਜੇ ਉਹ ਫੈਮਲੀ ਨੂੰ ਸ਼ਾਂਤ ਹੋਣਾ ਪੈਣਾ ਜੇ ਜੇ ਉਹ ਗੁੱਸੇ 'ਚ ਕੋਈ ਸਟੈਪ ਲੈਂਦੇ ਆਂ ਹਮ ਕੰਮ ਨਹੀਂ ਕਰਦਾ ਠੀਕ ਹੈ ਸੋ ਗੁੱਸੇ 'ਚ ਕਿਵੇਂ ਬਾਹਰ ਕਰਨਾ ਗੁੱਸੇ 'ਚ ਅੰਦਰ ਵਾਰ ਦਿੰਦੇ ਆਂ ਦੋਵੇਂ ਚੀਜ਼ਾਂ ਚੱਲਦੀਆਂ ਹਾਂ ਇਹਦੇ ਨਾਲ ਕੁਝ ਨਹੀਂ ਹੁੰਦਾ ਪਹਿਲਾਂ ਪਿਆਰ ਉਹਨਾਂ ਜਸਟ ਸ਼ਾਂਤ ਹੋ ਜਾਓ ਤੇ ਆਪਦਾ ਪਿਆਰ ਉਹਨਾਂ ਦੇ ਵਾਸਤੇ ਪਾਲ ਲਓ ਕਈ ਹਫ਼ਤੇ ਲੱਗ ਸਕਦੇ ਕਈ ਮਹੀਨੇ ਲੱਗ ਸਕਦੇ ਪਰ ਇਹ ਜ਼ਰੂਰੀ ਹੈ ਫੇਰ ਕੀ ਕਰਨਾ ਫੇਰ ਸੋchna ਇਹ ਬੰਦੇ ਨੂੰ ਚੰਗਾ ਕੀ ਲੱਗਦਾ ਹਮ ਫੇਰ ਅਸੀਂ ਉਹਦੇ ਤੇ ਕੰਡੀਸ਼ਨ ਲਾ ਸਕਦੇ ਹਾਂ ਜੇ ਤੂੰ ਟ੍ਰੀਟਮੈਂਟ ਚਾਹੂਗਾ ਫੇਰ ਤੈਨੂੰ ਗਰਮ ਚਾਹ ਮਿਲੂਗੀ ਹਮ ਜੇ ਤੂੰ ਟ੍ਰੀਟਮੈਂਟ ਜਾਊਗਾ ਫੇਰ ਮੈਂ ਤੇਰੇ ਪ੍ਰੈਸ ਕੱਪੜੇ ਪ੍ਰੈਸ ਕਰਨੇ ਆ ਜੇ ਤੂੰ ਟ੍ਰੀਟਮੈਂਟ ਜਾਊਗਾ ਫੇਰ ਮੈਂ ਤੈਨੂੰ ਐਨੇ ਪੈਸੇ ਅਕਾਊਂਟ ਵਿੱਚ ਇਹ ਕੰਮ ਵਾਸਤੇ ਦੇਉਂਗਾ ਜੇ ਉਹ ਜੇ ਉਹ پیسے ਸਹੀ ਵਰਤ ਸਕਦਾ ਕਿ ਕਿ ਉਹ ਜਸਟ ਗਵਾਦਨ ਦੇ ਫਿਰ ਉਹਨਾਂ ਨੂੰ پیسے ਨਹੀਂ ਦੇਣੇ ਚਾਹੀਦੇ ਹਾਂ ਅਪ ਟੂ ਅਨ ਇਨਕਲੂਡਿੰਗ ਘਰ ਤੋਂ ਬਾਹਰ ਕਰਨਾ ਜੇ ਬਾਹਰ ਕਰਨਾ ਹੈ ਕਿਈ ਵਾਰੀ ਕਰਨਾ ਪੈਂਦਾ ਹਾਂ ਜੇ ਪੁਲਿਸ ਕਾਲ ਨਾ ਪਿਆਰ ਦਿਲ ਵਿੱਚ ਪਿਆਰ ਦੇ ਨਾਲ ਪੁਲਿਸ ਨੂੰ ਫੋਨ ਕਰਨਾ ਗੁੱਸੇ ਵਿੱਚ ਕਦੇ ਨਹੀਂ ਕਰਨਾ ਬਿਕਾਜ਼ ਫੇਰ ਉਹ ਬੰਦੇ ਦੇ ਮਨ ਵਿੱਚ ਪੈ ਜਾਊਗਾ ਹਾਂ ਮੈਂ ਕੁਝ ਗਲਤ ਕੀਤਾ ਜੇ ਗੁੱਸੇ ਲੜਾਈ ਵਿੱਚ ਅਸੀਂ ਫੋਨ ਕਰਦੇ ਆਂ ਫਿਰ ਉਹ ਬੰਦੇ ਦੇ ਸਾਈਕੋਲੋਜੀ ਵਿੱਚ ਇਹ ਹੁੰਦਾ ਉਹ ਮੈਨੂੰ ਲਾਈਕ ਨਹੀਂ ਕਰਦੇ ਐਸ ਕਰਕੇ ਉਹ ਮਾੜਿਆ ਜਦੋਂ ਫੈਮਲੀ ਮੀਟਿੰਗ ਹੋਣੇ ਤੇ ਬੰਦਾ ਨਹੀਂ ਹੋਣਾ ਚਾਹੁੰਦਾ ਫਿਰ ਮੈਂ ਉਹਨੂੰ ਸਲਾਹ ਦਿੰਦਾ ਮੈਂ ਉਹਨੂੰ ਦੱਸਦਾ ਅਰਦਾਸ ਕਰਿਆ ਕਰੋ ਪਾਠ ਕਰਿਆ ਕਰੋ ਆਪ ਦਾ ਆਪ ਦੇ ਆਪ ਕਲਾਸਿਸ ਲੈ ਲੈ ਕਰੋ ਇੱਥੇ ਆਇਆ ਕਰੋ ਤੇ ਅਸੀਂ ਉਹਨਾਂ ਨੂੰ ਸੁਲਾਦ ਦੱਸਦੇ ਆ ਇਹ ਟਰਾਈ ਕਰੋ ਟਰਾਈ ਕਰੋ ਅਸੀਂ ਇੱਕ ਇੱਕ ਆਮੀ ਆ ਸਾਡਾ ਬੀਬੀ ਫੈਮਿਲੀ ਕਾਉਂਸਲਿੰਗ ਜਾਂ ਜਿਹੜਾ ਰਿਕਵਰੀ ਦਾ ਪਾਥ ਹੈ ਤੁਹਾਡੇ ਕੋਲ ਆਉਣ ਦਾ ਉਹ ਸਾਰਾ ਜਿਹੜੇ ਸਪੋਰਟ ਕਰਨ ਵਾਲੇ ਨੇ ਦੋ ਤਿੰਨ ਜਣੇ ਜਾਂ ਇੱਕ ਜਣਾ ਵੀ ਉਹ ਨਾਲ ਆ ਜਾਣ ਹਾਂਜੀ ਹਾਂਜੀ ਉਹ ਬਹੁਤ ਸਾਡਾ ਇੰਟੈਂਸਿਵ ਫੈਮਿਲੀ ਪ੍ਰੋਗਰਾਮ ਸਪੋਰਟ ਪ੍ਰੋਗਰਾਮ ਹੈਗਾ ਉਹਦੇ ਵਿੱਚ ਅਸੀਂ ਨਾਮ ਰਿਕਵਰੀ ਦੇ YouTube ਚੈਨਲ ਅਸੀਂ ਦੱਸਦੇ ਆ ਇਹ ਵੀਡੀਓ ਵੇਖੋ ਅੰਡਰਸਟੈਂਡ ਐਡਿਕਸ਼ਨ ਬਿਮਾਰੀ ਨੂੰ ਰਿਸਰਚ ਕਰੋ ਅੰਦਰ ਸੋਚੋ ਇੱਕ ਅਰਦਾ ਕਰਤੋਂ ਹੈ ਗਿਆਨ ਲਓ ਆਪਦੇ ਆ तरीਕੇ ਵਰਤੋ ਇਹ ਫੈਮਲੀ ਕਾਉਂਸਲਿੰਗ ਕਰੋ ਫਿਰ ਹੌਲੀ ਹੌਲੀ ਆਦਮੀ ਸੀਗਾ ਉਹ ਸੋਫੀ ਨਹੀਂ ਸੀ ਉਹਨਾਂ ਤੇ ਨਾਮ ਸਾਡੇ ਕੋਲੇ ਹੁੰਦਾ ਫਿਰ ਅਸੀਂ ਫੈਮਲੀ ਨੂੰ ਥੋੜਾ ਜਿਹਾ ਤਰੀਕੇ ਸਿਖਾਤੇ ਤੁਸੀਂ ਬਲੀਵ ਨਹੀਂ ਕਰਨਾ ਉਹ ਸੋਫੀ ਹੋ ਗਿਆ ਹਮਮ ਉਹ ਨਹੀਂ ਗੱਲ ਉਹਨਾਂ ਕਦੇ ਨਾ ਲੋ ਕਦੇ ਆਇਆ ਨਹੀਂ ਹਾਂ ਹਾਂ ਦੂਜੀ ਉਹ ਉਦੀ ਵਾਈਫ ਨੂੰ ਥੋੜਾ ਆਪ ਦੇ ਤਰੀਕਿਆਂ ਤੇ ਕੰਮ ਕਰਕੇ ਉਹ ਸੋਫੀ ਹੋ ਗਿਆ ਉਹ ਬਹੁਤ ਅਸਤਕਾਰ ਕਰ ਦੇਸੀ ਹੈਰਾਨ ਸੀ ਪਰ ਉਹ ਜਿਹੜੀ ਮੈਂ ਪਹਿਲੀ ਗੱਲ ਕਹੀ ਸੀ ਵਾਈਫ ਤੇ ਹਸਬੈਂਡ ਇਕੱਠੇ ਹੋਏ ਆ ਜੁੜੇ ਹੋਏ ਆ ਕੋਈ ਨਹੀਂ ਟੈਨਸ਼ਨ ਦੇ ਸਕਦਾ ਆਪਸ ਵਿੱਚ ਜਨੇ ਦੇ ਸਕਦੇ ਤੇ ਕੋਈ ਨਹੀਂ ਸਹਾਰਾ ਦੇ ਸਕਦੇ ਸੋ ਅਸੀਂ ਇਹ ਚੀਜ਼ਾਂ ਸਿਖਾਉਂਦੇ ਆ ਤੇ YouTube ਚੈਨਲ ਤੇ ਬਹੁਤ ਆ ਵੀਡੀਓਜ਼ ਹੈਗੇ ਆ ਐਂਸਰਸ ਹੈਗੇ ਆ ਕਿਉਂ ਆਦਮੀ ਕਰਦੇ ਤੇ ਸਮਝੋ ਫਿਰ ਉਹ ਗਿਆਨ ਨਾ ਫਿਰ ਕੋਈ ਤਰੀਕੇ ਆ ਜਾਣਗੇ ਹਾਂ ਮੈਂ ਆ ਟ੍ਰਾਈ ਕਰਾਂ ਉਹ ਟ੍ਰਾਈ ਕਰਾਂ ਪਰ ਅੰਦਰ ਨਾ ਰੱਖੋ ਪਰਿਵਾਰ ਦੇ ਵਿੱਚ ਨਾ ਰੱਖੋ ਇਹ ਬਿਮਾਰੀ ਕਦੇ ਨਹੀਂ ਠੀਕ ਹੁੰਦੀ ਜੇ ਅਸੀਂ ਪਰਿਵਾਰ ਦੇ ਵਿੱਚ ਰੱਖਦੇ ਜੇ ਬੰਦਾ ਗਲਤ ਕਰਦਾ ਤੇ ਡੇਂਜਰ ਹੈ ਪੁਲਿਸ ਕਾਲ ਕਰਦੇ ਜੇ ਡਰੰਕ ਡਰਾਈਵਿੰਗ ਕਰਦਾ ਪੁਲਿਸ ਕਾਲ ਕਰੋ ਉਹਨਾਂ ਨੇ ਹੈਲਪ ਕਰਨਾ ਤੇ ਕਿਸੇ ਹੋਰ ਨੂੰ ਰੋਕਣਾ ਨਹੀਂ ਜੇ ਉਹ ਕਾਲ ਕਰਦੇ ਠੀਕ ਹੈ ਡਾਕਟਰ ਗਿਲ ਬਹੁਤ ਸੋਹਣੇ ਤਰੀਕੇ ਨਾਲ ਸਾਨੂੰ ਗੱਲਾਂ ਸਮਝਾਈਆਂ ਤੁਸੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ so much for being with us ਹਾਂਜੀ ਬਹੁਤ ਬਹੁਤ ਸ਼ੁਕਰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ